ਸਪਾਂਸਰ ਨੇ, ਖਾਸ ਕਰਕੇ ਪੰਨੂ ਸਾਹਿਬ ਦੇ ਸੈਗਮੈਂਟ ਦੇ, ਜਸਵਿੰਦਰ ਸਿੰਘ ਮਿਸੀਸਿਪੀ ਤੇ ਕੁਲਦੀਪ ਸਿੰਘ ਬਾਟ ਇੰਡੀਆਨਾ ਇੰਡੀਅਨਐਪਲਿਸ ਤੋਂ, ਜਸਵੰਤ ਸਿੰਘ ਸਹੋਤਾ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਸਮੁੱਚੇ ਵਸਨੀਕ ਦੁਨੀਆਂ ਚ ਜਿੱਥੇ ਵੀ ਵਸਦੇ ਨੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ। ਇਸ ਵਕਤ ਪੰਨੂ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ ਜੀ ਤੇ ਸਵਾਗਤ ਕਰਦੇ ਆ। ਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਸੁਖਨੇਵ ਜੀ, ਬਹੁਤ ਮਿਹਰਬਾਨੀ ਪੰਨੂ ਸਾਹਿਬ ਜੁੜਨ ਦੇ ਵਾਸਤੇ। ਤੇ ਜੁੜਦੇ ਜੁੜਦੇ ਆਪਾਂ ਕਰ ਲਈਏ ਜੀ ਗੱਲ ਰਾਮ ਸੇਤੂ, ਇਹਦੇ ਨਾਲ ਇੱਕ ਗੱਲ ਜੁੜ ਗਈ ਹੈ। ਅਮਰੀਕਾ ਨੇ ਖੋਜ ਕਰਤੀ ਹੈ, ਕਹਿੰਦੇ ਇਹ 7000 ਸਾਲ ਪੁਰਾਣਾ ਪੁੱਲ ਲੱਗਦਾ, ਕਿੱਧਰ ਨੂੰ ਜਾਊਗੀ ਜੀ ਗੱਲ? ਭਾਰਤ ਦੇ ਵਿਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੋਣ ਲੱਗੀ ਹੈ। ਪਤਾ ਨੀ ਕਿਉਂ ਥੋੜੇ ਥੋੜੇ ਚਿਰ ਬਾਅਦ ਬਈ ਕੜੀ ਦੇ ਵਿਚ ਉਬਾਲ ਆਉਂਦਾ, ਜਦੋਂ ਮਰਜ਼ੀ ਕੋਈ ਉੱਠਦਾ ਇਹੋ ਜਿਹਾ ਮੁੱਦਾ ਚੁੱਕ ਦਿੰਦਾ ਜੀ। ਉਹਨਾਂ ਮੁੱਦਿਆਂ ਚ ਮਤਲਬ ਕਿਸੇ ਪਾਸੇ ਗੱਲ ਤਾਂ ਲੱਗਦੀ ਨੀ ਜੀ। ਜਿਹੜੇ ਹਿੰਦੂ ਧਰਮ ਦੇ ਪੱਕੇ ਵਿਸ਼ਵਾਸੀ ਨੇ, ਜਿਹੜਾ ਕੱਟੜ ਕਿਸਮ ਦੇ, ਉਹ ਸਮਝਦੇ ਆ ਕਿ ਇਹ ਪੁਲ ਭਗਵਾਨ ਰਾਮ ਨੇ ਬਣਾਇਆ ਸੀ ਜੀ। ਕੁਝ ਦੂਜੇ ਲੋਕ ਆ ਜਿਹੜੇ ਕਹਿੰਦੇ ਆ ਕਿ ਜਿੱਥੇ ਜਿੱਥੇ ਆਈਲੈਂਡਸ ਨੇ ਇੱਕ ਦੂਸਰੇ ਦੇ ਨੇੜੇ ਨੇੜੇ ਜੀ, ਉਹਨਾਂ ਦੀ ਹੇਠਲੀ ਤਹਿ ਚ ਇੱਕ ਦੂਸਰੇ ਨਾਲ ਜੁੜਦੀ ਜਿਹੜੀ ਥੋੜੀ ਜਿਹੀ ਥਾਂ ਵਾ, ਉਹਦੇ ਚ ਇਸ ਤਰ੍ਹਾਂ ਦੀਆਂ ਗੁਫਾ ਗਫਾ ਜਿਹੀਆਂ ਬਣ ਜਾਂਦੀਆਂ, ਕੋਈ ਵੇਖਣ ਨੂੰ ਪੁੱਲ ਲੱਗਦਾ ਜੀ। ਅਫਗਾਨਿਸਤਾਨ ਚ ਅਮਰੀਕਾ ਇਸ ਕਰਕੇ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅਫਗਾਨਿਸਤਾਨ ਦੀਆਂ ਪਹਾੜੀਆਂ ਚ ਇਹੋ ਜਿਹੀਆਂ ਗੁਫਾਵਾਂ, ਜਿਹੜੀ ਇੱਕ ਗੁਫਾ ਇਥੋਂ ਵੜ ਜਾਓ ਤੇ 1.5 ਕਿਲੋਮੀਟਰ ਅੱਗੇ ਜਾ ਕੇ ਨਿਕਲਦੀ, ਦੂਸਰੀ ਖੱਬੇ ਪਾਸੇ ਨੂੰ ਚਲ ਜਾਓ ਤੇ 5 ਕਿਲੋਮੀਟਰ ਅੱਗੇ ਜਾ ਕੇ ਨਿਕਲਦੀ ਹੈ, ਤੀਸਰੀ 10 ਕਿਲੋਮੀਟਰ ਅੱਗੇ ਜਾ ਕੇ ਨਿਕਲਦੀ। ਅਮਰੀਕਾ ਨੂੰ ਉਹਨਾਂ ਨੂੰ ਗੁਫਾਵਾਂ ਦਾ ਪਤਾ ਹੀ ਨੀ ਜੀ, ਕਿਸੇ ਗੂਗਲ ਦੇ ਨਕਸ਼ੇ ਚ ਹੈਗੀ ਨੀ ਜੀ। ਮੈਂ ਨਿਊਜ਼ੀਲੈਂਡ ਚ ਵਾਈਟੇਮੋ ਕੇਵਸ ਵੇਖ ਕੇ ਆਇਆ, ਉਹਦਾ ਕਿਸੇ ਨੂੰ ਅੰਦਾਜ਼ਾ ਨੀ ਜੇ ਇੰਡੀਆ ਚ ਹੁੰਦੀਆਂ। ਵਾਈਟੇਮੋ ਕੇਵਸ ਦਾ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਬਣਿਆ ਹੋਣਾ ਸੀ, ਬੜਾ ਚੜਾਵਾ ਚੜਿਆ ਕਰਨਾ ਸੀ, ਹੁਣ ਉੱਥੇ ਸ਼ਰਧਾਲੂ ਜਾਂਦੇ ਆ ਟਿਕਟ ਲੈ ਕੇ ਉਹਦੇ ਵਿਚੋਂ ਦੀ ਲੰਘਦੇ ਆ। ਇਹ ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਵਰਤਾਰਾ ਵੀ ਹੋ ਸਕਦੀਆਂ। ਉਦਾਂ ਇਹ ਹੈ ਕਿ ਉਸ ਵਕਤ ਜਦੋਂ ਭਗਵਾਨ ਰਾਮ ਹੁੰਦੇ ਸਨ, ਸਮੁੰਦਰਾਂ ਚ ਪਾਣੀ ਦਾ ਪੱਧਰ ਘੱਟ ਸੀ ਜੀ, ਬਰਫ਼ ਪਹਾੜਾਂ ਤੇ ਮੋਟੀ ਤਹਿ ਹੁੰਦੀ ਸੀ ਜਾਂ ਅੰਟਾਰਕਟਿਕਾ ਵਿਚ ਸੀ। ਹੌਲੀ ਹੌਲੀ ਗਲੋਬਲ ਵਾਰਮਿੰਗ ਨਾਲ ਅੰਟਾਰਕਟਿਕਾ ਦੀ ਤਹਿ ਵੀ ਜਿਹੜੀ ਉਹ ਖੁਰਨ ਲੱਗ ਪਈ, ਜਿੰਨੀ ਉਦੋਂ ਹੁੰਦੀ ਸੀ ਹੁਣ ਉਹਦੇ ਨਾਲ ਚੌਥਾ ਹਿੱਸਾ ਖੁਰ ਚੁੱਕਾ, 3 ਹਿੱਸੇ ਰਹਿ ਗਿਆ ਜੀ। ਸਾਡੇ ਪਹਾੜਾਂ ਦੇ ਉੱਤੇ ਵੀ ਤਹਿ ਬਹੁਤ ਖੁਰ ਗਈ, ਉਹਦਾ ਕਰਕੇ ਫਿਰ ਸਮੁੰਦਰਾਂ ਚ ਪਾਣੀ ਉਨਾ ਵੱਧ ਆ ਗਿਆ, ਕਈ ਚੀਜ਼ਾਂ ਡੁੱਬ ਗਈਆਂ, ਇਹ ਪੁਲ ਵੀ ਡੁੱਬ ਗਿਆ ਹੋ ਸਕਦਾ। ਹੁਣ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਖੋਜ ਕਰਤੀ ਹੈ ਕਿ ਇਹ ਪੁਲ 7000 ਸਾਲ ਪੁਰਾਣੇ ਪੱਥਰਾਂ ਦਾ ਬਣਿਆ ਜੀ, ਤੇ ਭਗਵਾਨ ਰਾਮ ਦਾ ਜਿਹੜਾ ਸਮਾਂ ਉਹ ਵੀ 7000 ਸਾਲ ਪੁਰਾਣਾ ਗਿਣਿਆ ਜਾਂਦਾ ਜੀ। ਉਸ ਪੱਖੋਂ ਵੇਖੀਏ ਤੇ ਪੁਲ ਉਹਦੇ ਨਾਲ ਜੁੜਦਾ ਕਿ ਉਹਨਾਂ ਨੇ ਬਣਾਇਆ ਸੀ। ਪਰ ਇੱਕ ਦੂਸਰੀ ਗੱਲ ਅਮਰੀਕਾ ਵਾਲਿਆਂ ਨੇ ਕਹਿਤੀ ਹੈ, ਉਹ ਕਹਿੰਦੇ ਜੀ ਉਸ ਪੁਲ ਦੇ ਨਾਲ ਜਿਹੜੀ ਰੇਤ ਹੈ ਉਹ 4000 ਸਾਲ ਪੁਰਾਣੀ ਹੈ ਜੀ। ਜੇ ਪੁਲ ਰੇਤ ਜਿਹੜੀ ਉਹ ਮਤਲਬ 4000 ਸਾਲ ਪੁਰਾਣੀ ਹੈ ਤੇ ਪੱਥਰ 7000 ਸਾਲ ਪੁਰਾਣੇ ਆ, ਤੇ ਉਹਨਾਂ ਦਾ ਆਪੋ ਚ ਸੰਬੰਧ ਕਿੱਦਾਂ ਜੁੜਦਾ? ਪੱਥਰ ਜੋੜਨ ਵਾਸਤੇ ਤਾਂ ਫਿਰ ਰੇਤ ਚਾਹੀਦੀ ਸੀ, ਉਦੋਂ ਉਹ ਤਾਂ ਨਾਲ ਲਾਉਣੀ ਪੈਣੀ ਸਨ। ਉਹ ਇਹ ਦੋਵੇਂ ਚੀਜ਼ਾਂ ਆਪਸ ਵਿੱਚ ਜੋੜ ਨਹੀਂ ਖਾਂਦੀਆਂ ਪਈਆਂ ਜੀ। ਉਹ ਜਿਹੜੇ ਸਾਡੇ ਵਿਗਿਆਨੀ ਆ ਉਹ ਪੱਥਰਾਂ ਬਾਰੇ ਵੀ ਕਹਿੰਦੇ ਆ ਕਿ ਇੰਨੀ ਉਮਰ ਨਹੀਂ, ਉਮਰ ਦਾ ਫਰਕ ਆ। ਇਹਦੇ ਤੇ ਬਹਿਸ ਅੱਗੇ ਵੀ ਚੱਲਦੀ ਰਹੀ ਆ, ਹੁਣ ਵੀ ਚੱਲਦੀ ਰਹਿਣੀ ਆ। ਜਿਹੜੇ ਪੱਕੇ ਵਿਸ਼ਵਾਸੀ ਉਹ ਸੁਪਰੀਮ ਕੋਰਟ ਚ ਵੀ ਕੇਸ ਕਰੀ ਜਾਂਦੇ ਆ, ਜੱਜ ਕਾਨੂੰਨ ਦੇ ਜਾਣਕਾਰ ਤੇ ਹੋ ਸਕਦੇ ਆ ਜੀ। ਜੱਜ ਹੁਣ ਇਸ ਗੱਲ ਦਾ ਫੈਸਲਾ ਕਿੱਦਾਂ ਕਰਨਗੇ ਕਿ ਪੁਲ ਭਗਵਾਨ ਰਾਮ ਨੇ ਬਣਾਇਆ ਕਿ ਕੁਦਰਤੀ ਤੌਰ ਤੇ ਬਣਿਆ ਸਟਰਕਚਰ ਆ, ਇਹਦੇ ਚ ਕਾਫੀ ਕੁਝ ਉਲਝਿਆ ਪਿਆ ਜਿਹਦਾ ਕੋਈ ਹੱਲ ਅਜੇ ਤੱਕ ਕਿਸੇ ਪਾਸੇ ਸਪਸ਼ਟ ਨਜ਼ਰ ਨਹੀਂ ਆਉਂਦਾ। ਉਲਝਣ ਵਧਾਉਣ ਵਾਲਾ ਇੱਕ ਇਹ ਨਵਾਂ ਸ਼ੋਸ਼ਾ ਕਿਸੇ ਨੇ ਛੱਡ ਦਿੱਤਾ ਅਮਰੀਕਾ ਚੋਂ, ਉਹਦੇ ਉੱਤੇ ਸਾਡੇ ਵਾਲੇ ਸਾਇੰਸਦਾਨ ਵੀ ਬਹਿਸ ਕਰੀ ਜਾਂਦੇ ਆ। 2-3 ਟੀਵੀ ਚੈਨਲਾਂ ਨੇ ਤਾਂ ਮੁੜ ਮੁੜ ਕੇ ਇਹਦੇ ਉੱਤੇ ਜਿਹੜੀ ਉਹ ਪੈਨਲ ਡਿਸਕਸ਼ਨ ਵੀ ਕਰਾ ਦਿੱਤੀ ਹੈ, ਸ਼ਾਇਦ ਅਜੇ ਵੀ ਕਰਾਉਣਗੇ ਜੀ। ਪਰ ਸਾਹਿਬ ਗੁਜਰਾਤ ਇਲੈਕਸ਼ਨ ਹੋ ਕੇ ਹਟੀ ਹੈ, ਮੀਡੀਆ ਨਾਲ ਦੀ ਨਾਲ ਸਰਵੇ ਦੇ ਰਿਹਾ, ਓਪੀਨੀਅਨ ਪੋਲ ਦੇ ਰਿਹਾ, ਜਿੱਤ ਬੀਜੇਪੀ ਨੂੰ ਮਿਲਦੀ ਨਜ਼ਰ ਆਉਂਦੀ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਪਿਛਲੇ 2-3 ਪ੍ਰੋਗਰਾਮਾਂ ਦੇ ਵਿਚ ਮੈਂ ਵਾਰ ਵਾਰ ਕਹਿੰਦਾ ਰਿਹਾ ਕਿ ਰੈਲੀਆਂ ਹਾਰਦਿਕ ਪਟੇਲ ਦੀਆਂ ਵੱਡੀਆਂ ਨੇ, ਭੀੜ ਰਾਹੁਲ ਗਾਂਧੀ ਦੇ ਮਗਰ ਵੱਧ ਜੁੜਦੀ ਹੈ, ਤੇ ਜਦੋਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਾਂਦੇ ਭੀੜ ਘੱਟ ਹੁੰਦੀ ਹੈ। ਪਰ ਇਹਦੇ ਬਾਵਜੂਦ ਮੈਂ ਨਾਲ ਨਾਲ ਕਹਿੰਦਾ ਸਾਂ ਕਿ ਮੈਨੂੰ ਇਹ ਯਕੀਨ ਹੈ ਨਰਿੰਦਰ ਮੋਦੀ ਨੇ ਅਖੀਰਲੇ ਵਕਤ ਜਿੱਤ ਜਾਣਾ। ਇੱਕ ਤਾਂ ਉਹਦੀ ਜਕੜ ਬੜੀ ਪੱਕੀ ਹੈ, ਦੂਸਰਾ ਉਹਨੂੰ ਆਖਰੀ ਵਕਤ ਜਾ ਕੇ ਇੱਕੋ ਮੁੱਦਾ ਚੁੱਕਣਾ ਆਉਂਦਾ ਜੀ। ਜਿਹੜੇ ਲੋਕ ਉਸ ਵਕਤ ਸੁਣਦੇ ਰਹੇ ਉਹਨਾਂ ਨੂੰ ਇਹ ਪਤਾ ਕਿ ਬਿਹਾਰ ਦੀਆਂ ਚੋਣਾਂ ਵੇਲੇ ਮੈਂ ਕਹਿਤਾ ਸੀ ਕਿ ਉੱਥੇ ਨਰਿੰਦਰ ਮੋਦੀ ਦੇ ਪੈਰ ਨਹੀਂ ਲੱਗਣੇ,
ਨਿਤੀਸ਼ ਕੁਮਾਰ ਜਿੱਤ ਜਾਏਗਾ। ਨਿਤੀਸ਼ ਤੇ ਲਾਲੂ ਦੇ ਇਕੱਠੇ ਹੋਣ ਕਰਕੇ ਨਹੀਂ ਸੀ ਜਿੱਤੇ, ਜਿੱਤਣ ਦਾ ਇੱਕ ਕਾਰਨ ਹੋਰ ਸੀ। ਨਰਿੰਦਰ ਮੋਦੀ ਉੱਥੇ ਜਾ ਕੇ ਇੱਕ ਟੈਕਟੀਕਲੀ ਗਲਤੀ ਕਰ ਗਿਆ, ਇਹਨੇ ਨਿਤੀਸ਼ ਕੁਮਾਰ ਬਾਰੇ ਕਹਿ ਤਾ ਕਿ ਇਹਦੇ DNA ਚ ਨੁਕਸ ਹੈ ਜੀ, ਤੇ ਨਿਤੀਸ਼ ਕੁਮਾਰ ਨੇ ਉਸ ਵੇਲੇ ਮੁੱਦਾ ਚੁੱਕ ਲਿਆ ਕਿ ਮੇਰਾ DNA ਸਾਰੇ ਬਿਹਾਰ ਦੇ ਲੋਕਾਂ ਦਾ DNA ਹੈ, ਮੈਂ ਉਹਨਾਂ ਤੋਂ ਵੱਖਰਾ ਨਹੀਂ ਗਿਆ, ਸਾਡੇ ਬਿਹਾਰੀ ਲੋਕਾਂ ਦੇ DNA ਚ ਨੁਕਸ ਕੱਢ ਕੇ ਇਹਨੇ ਸਾਰੇ ਬਿਹਾਰ ਦੇ ਲੋਕਾਂ ਦੀ ਬੇਇੱਜ਼ਤੀ ਕਰ ਦਿੱਤੀ ਹੈ ਨਰਿੰਦਰ ਮੋਦੀ ਨੇ ਜੀ। ਜ਼ਿਲ੍ਹਿਆਂ ਦੇ ਵਿੱਚ ਕਾਊਂਟਰ ਖੋਲ ਤੇ ਲੋਕਾਂ ਨੂੰ ਆਖਿਆ ਆਪੋ ਆਪਣਾ DNA ਸੈਂਪਲ ਦਿਓ, ਅਸੀਂ ਸਾਬਤ ਕਰੀਏ ਕਿ ਸਾਡਾ ਬਿਹਾਰ ਦੇ ਲੋਕਾਂ ਦਾ DNA ਕਿੱਦਾਂ ਦਾ ਜੀ। ਉਹ ਇਹੋ ਜਿਹੀ ਮੁਹਿੰਮ ਚੱਲੀ, ਨਰਿੰਦਰ ਮੋਦੀ ਦੇ ਖਿਲਾਫ਼ ਚੱਲੀ ਗਈ, ਨਰਿੰਦਰ ਮੋਦੀ ਹਾਰ ਗਿਆ। ਇਸ ਵਾਰੀ ਬੜੀ ਵੱਡੀ ਬੇਵਕੂਫੀ ਕਾਂਗਰਸੀਆਂ ਦੇ, ਜਿਹੜਾ ਜ਼ਰੂਰਤ ਤੋਂ ਜ਼ਿਆਦਾ ਸਿਆਣਾ ਬੰਦਾ ਮਨੀ ਸ਼ੰਕਰ ਆਇਰ, ਜਿਹਦੀ ਸਿਆਣਪ ਜਿਹੜੀ ਹੈ ਨਾ ਉਬੜ ਉਬੜ ਕੇ ਐਵੇਂ ਬਾਹਰ ਆਉਂਦੀ, ਆਪਣੇ ਕੰਢੇ ਸਾੜੀ ਜਾਂਦੀ ਹੈ, ਉਹਨੇ ਕਰ ਦਿੱਤੀ। ਉਹਨੇ ਨਰਿੰਦਰ ਮੋਦੀ ਨੂੰ ਕਹਿਤਾ ਬੜਾ ਨੀਚ ਆਦਮੀ ਹੈ, ਇਹ ਉਹਨੇ ਤਾਂ ਇੱਕ ਵਾਰ ਕਹਿਤਾ। ਨਰਿੰਦਰ ਮੋਦੀ ਨੇ ਹਰ ਜਲਸੇ ਜਾ ਕੇ ਆਖਿਆ ਵੇਖੋ ਜੀ ਮੈਨੂੰ ਨੀਚ ਕਹਿੰਦੇ ਆ, ਮੇਰੀ ਜਾਤ ਨੂੰ ਨੀਚ ਆਖਿਆ, ਗੁਜਰਾਤੀ ਲੋਕਾਂ ਨੂੰ ਨੀਚ ਆਖਿਆ ਜੀ। ਜਿਸ ਤਰ੍ਹਾਂ ਉਹ ਮੁੱਦਾ ਵਰਤਿਆ ਸੀ ਉਹਨੇ ਨਿਤੀਸ਼ ਕੁਮਾਰ ਨੇ, ਉਹੀ ਮੁੱਦਾ ਵਰਤਿਆ ਇਸੇ ਤਰ੍ਹਾਂ ਇੱਥੇ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਨੇ ਜੀ। ਇਹਨੇ ਨਾਲ ਪਾਕਿਸਤਾਨ ਵਾਲਾ ਮੁੱਦਾ ਖੜਾ ਕਰ ਲਿਆ। ਕਾਂਗਰਸੀ ਹੁਣ ਕਹਿੰਦੇ ਆ ਜੀ ਉੱਥੇ ਕੋਈ ਗੁਜਰਾਤ ਦੀਆਂ ਚੋਣਾਂ ਬਾਰੇ ਗੱਲ ਹੀ ਨਹੀਂ ਹੋਈ, ਨਾ ਹੋਈ ਹੋਵੇ। ਮੈਂ ਆਪ ਇਹ ਸਮਝਿਆ ਕਿ ਉਹੋ ਜਿਹੇ ਮੌਕੇ ਉੱਤੇ ਗੁਜਰਾਤ ਦੀਆਂ ਚੋਣਾਂ ਦੀ ਗੱਲ ਨਾ ਹੋਈ ਹੋ, ਪਰ ਜਦੋਂ ਪਤਾ ਗੁਜਰਾਤ ਦੀ ਚੋਣ ਚੱਲਦੀ ਪਈ ਹੈ, ਇਹਨਾਂ ਨੂੰ ਕਿਹੜੇ ਬੇਵਕੂਫ ਨੇ ਆਖਿਆ ਸੀ ਕਿ ਤੁਸੀਂ ਇਸ ਮੌਕੇ ਦੇ ਉੱਤੇ ਇਹੋ ਜਿਹਾ ਡਿਨਰ ਕਰੋ ਜਿਹਦੇ ਵਿੱਚ ਪਾਕਿਸਤਾਨ ਦਾ ਹਾਈ ਕਮਿਸ਼ਨ ਆਵੇ, ਪਾਕਿਸਤਾਨ ਦਾ ਸਾਬਕਾ ਵਿਦੇਸ਼ ਮੰਤਰੀ ਆਵੇ, ਇਹ ਸਾਰੀ ਢਾਣੀ ਇਕੱਠੀ ਕਰਨ ਨੂੰ ਕਿਹਨੇ ਆਖਿਆ ਸੀ? ਫਿਰ ਰਾਤ ਨੂੰ ਡਿਸਕਸ਼ਨ ਕੀਤੀ, ਡਿਨਰ ਕੀਤਾ, ਤੇ ਸਵੇਰੇ ਉੱਠ ਕੇ ਮਨੀ ਸ਼ੰਕਰ ਨੇ ਇਹ ਬਿਆਨ ਦੇ ਦਿੱਤਾ ਕਿ ਨਰਿੰਦਰ ਮੋਦੀ ਬੜਾ ਨੀਚ ਆਦਮੀ ਹੈ। ਉਹ ਕਹਿੰਦਾ ਜੀ ਰਾਤ ਨੂੰ ਮੀਟਿੰਗ ਚ ਸਲਾਹ ਕੀਤੀ ਤੇ ਤਾਂ ਮੇਰੇ ਖਿਲਾਫ਼ ਆ ਬਿਆਨ ਦਿੱਤਾ ਜੀ, ਉਹਨੂੰ ਕਹਿਣ ਦਾ ਹੱਕ ਹੈ। ਇਹਨਾਂ ਨੂੰ ਆਖਿਆ ਕਿਹਨੇ ਸੀ ਕਿ ਰਾਤ ਨੂੰ ਉੱਥੇ ਮਤਲਬ ਚੱਲਦੀਆਂ ਚੋਣਾਂ ਦੇ ਦੌਰਾਨ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਤੇ ਉਹਨਾਂ ਦੇ ਹਾਈ ਕਮਿਸ਼ਨਰ ਦੇ ਨਾਲ ਡਿਨਰ ਕਰਨ ਬਹਿ ਜਾਓ? ਅੱਗੋਂ 2 ਮਹੀਨੇ ਪਹਿਲਾਂ ਕਰ ਸਕਦੇ ਸੀ, 15 ਦਿਨ ਖਲੋ ਸਕਦੇ ਸੀ, ਹੁਣੇ ਕਰ ਦੇ ਰਹੇ ਕੀ ਲੋੜ ਸੀ? ਇਹਨਾਂ ਨੇ ਆਪਣੇ ਪੈਰਾਂ ਤੇ ਆਪ ਕਈ ਮਾਰੀ ਆ, ਬਹੁਤ ਇਹਨਾਂ ਨੇ ਬੇੜਾਗਰ ਕੀਤਾ, ਬੇਵਕੂਫੀ ਕੀਤੀ ਆ। ਔਰ ਇਸ ਬੇਵਕੂਫੀ ਵਿੱਚ ਬਾਕੀਆਂ ਨੂੰ ਛੱਡੋ, ਮਨਮੋਹਨ ਸਿੰਘ ਵਰਗਾ ਬੰਦਾ ਨਾਲ ਸ਼ਾਮਲ ਹੋ ਗਿਆ, ਉਹਨੂੰ ਇੰਨੀ ਸਮਝ ਨਹੀਂ ਕਿ ਇਹੋ ਜਿਹਾ ਮੁੱਦਾ ਉਹ ਵਰਤ ਸਕਦਾ। ਇਹਨਾਂ ਨੇ ਆਪ ਉਹਨੂੰ ਮੌਕਾ ਦਿੱਤਾ ਉਸ ਮੌਕੇ ਚ, ਹੁਣ ਮੈਨੂੰ ਇਹ ਯਕੀਨ ਹੈ ਕਿ ਉਹ ਜਿੱਤ ਜਾਏਗਾ। ਉਂਝ ਮੈਂ ਜਿਹੜੇ ਚੋਣ ਸਰਵੇਖਣ ਤੇ ਐਗਜ਼ਿਟ ਪੋਲ ਆ ਇਹਨਾਂ ਦੇ ਉੱਤੇ ਕੋਈ ਬਹੁਤਾ ਭਰੋਸਾ ਨਹੀਂ ਕਰਦਾ। ਬਿਹਾਰ ਦੀਆਂ ਚੋਣਾਂ ਚ ਐਗਜ਼ਿਟ ਪੋਲ ਕਹਿੰਦਾ ਸੀ ਕਿ BJP ਨੂੰ 161 ਸੀਟਾਂ ਹੋਣਗੀਆਂ ਤੇ ਲਾਲੂ ਤੇ ਨਿਤੀਸ਼ ਦੇ ਗਠਜੋੜ ਨੂੰ ਮਸਾਂ 60 ਰਹਿ ਜਾਣੀਆਂ। ਹੋਇਆ ਉਲਟਾ ਇਹ ਕਿ ਉਹ 162 ਲੈ ਗਏ ਤੇ BJP ਦੇ ਗਠਜੋੜ ਨੂੰ, BJP ਕੱਲੀ ਨਹੀਂ ਗਠਜੋੜ ਨੂੰ ਰਲਾ ਕੇ 69 ਆਈਆਂ ਸੀ, ਉਹ ਇੰਨਾ ਸਿਰ ਭਰਨੇ ਵੀ ਹੋ ਗਿਆ ਸੀ। ਇੱਦਾਂ ਦੇ ਕਈ ਸੈਕਟਰ ਨੇ ਹੁੰਦੇ ਵੇਖਿਆ। ਮੈਂ ਇਸ ਵੇਲੇ ਇਹ ਤਾਂ ਨੀ ਕਹਿੰਦਾ ਕਿ ਕੱਲ ਨੂੰ ਕੀ ਹੋਊ, ਪਰ ਓਦਾਂ ਮੈਂ ਸਮਝਦਾ ਕਿ ਜਿਹੜਾ ਮੇਰੀ ਆਪਣੀ ਪਹਿਲੀ ਸਮਝ ਹੈ ਉਹ ਉਹੀ ਹੈ ਕਿ ਉੱਥੇ ਨਰਿੰਦਰ ਮੋਦੀ ਨੇ ਜਿੱਤ ਜਾਣਾ, ਉਹਦੀ ਪਕੜ ਬੜੀ ਮਜ਼ਬੂਤ ਹੈ ਤੇ ਇਹਨਾਂ ਨੇ ਬੇਵਕੂਫੀਆਂ ਇੰਨੀਆਂ ਜ਼ਿਆਦੀਆਂ ਕੀਤੀਆਂ ਕਿ ਇਹਨਾਂ ਦੇ ਪੈਰ ਨਾ ਲੱਗ ਸਕੇ, ਨਾ ਲੱਗਣੀ ਜੀ। ਤੇ ਚੋਣ ਕਮਿਸ਼ਨ ਕਠਪੁਤਲੀ ਨਜ਼ਰ ਆਉਂਦਾ ਜੀ ਕਾਂਗਰਸ ਨੂੰ? ਚੋਣ ਕਮਿਸ਼ਨ ਨੇ ਜੋ ਕੁਝ ਕੀਤਾ ਉਹਦੇ ਚ ਉਹਦੀ ਨੁਕਤਾਚੀਨੀ ਹੋਣੀ ਹੋਣੀ ਹੈ। ਪਹਿਲਾਂ ਤਾਂ ਉਹਨੇ ਦੋਵਾਂ ਥਾਵਾਂ ਦੀਆਂ ਚੋਣਾਂ ਜਿਹੜੀਆਂ 1997 ਤੋਂ ਲੈ ਕੇ ਹਰ ਵਾਰੀ ਇਕੱਠੀਆਂ ਹੁੰਦੀਆਂ ਆਈਆਂ, ਉਹ ਚ ਹਿਮਾਚਲ ਦੀਆਂ ਕਰਾਤੀਆਂ ਤੇ ਗੁਜਰਾਤ ਦੀਆਂ ਰੋਕ ਦਿੱਤੀਆਂ। ਹਿਮਾਚਲ ਵਾਲੀਆਂ ਜਿਹੜੀਆਂ ਉਹ ਕਰਵਾ ਕੇ ਵੀ 1 ਮਹੀਨਾ ਲਗਾਤਾਰ ਵੋਟਾਂ ਦੀ ਗਿਣਤੀ ਨਹੀਂ ਹੋਣ ਦਿੱਤੀ ਜੀ, 1 ਮਹੀਨਾ ਰੋਕਣਾ ਹੀ ਸੀ ਤੇ ਫਿਰ ਚੋਣਾਂ ਵੀ ਇਕੱਠੀਆਂ ਕਰਵਾਉਣਾ, ਉਹਦੇ ਨਾਲ 1 ਮਹੀਨਾ ਰੋਕ ਕੇ ਉਹ ਪਹਿਲਾਂ ਕਰਵਾਉਣ ਦੀ ਲੋੜ ਕੀ ਸੀ? ਉਹ ਕਹਿੰਦਾ ਜੀ ਉੱਥੇ ਗੁਜਰਾਤ ਦੇ ਵਿੱਚ ਹੜ੍ਹ ਆਏ ਸੀ ਤੇ ਹੜ੍ਹਾਂ ਦਾ ਕਰਕੇ ਰਿਲੀਫ ਹੋਣ ਨਹੀਂ ਸੀ। ਇਹੀ ਗੱਲ 3 ਸਾਲ ਪਹਿਲਾਂ ਜਦੋਂ ਉੱਥੇ ਜੰਮੂ ਕਸ਼ਮੀਰ ਚ ਆਖੀ ਗਈ ਕਿ ਇੱਥੇ ਹੜ੍ਹ ਆਏ ਆ, ਲੋਕ ਤਾਂ ਘਰ ਉਹਨਾਂ ਦੇ ਟੱਟ ਗਏ ਆ, ਸੜਕਾਂ ਦੇ ਕੰਢੇ ਬੈਠੇ ਆ, ਤੰਬੂ ਵੀ ਪੂਰੇ ਨੇ, ਸਾਨੂੰ ਹੜ੍ਹ ਰਿਲੀਫ ਵੰਡ ਲੈਣ ਦਿਓ ਤੇ ਚੋਣ 2 ਮਹੀਨੇ ਲੇਟ ਕਰ ਲਓ, ਤੇ ਉਦੋਂ ਚੋਣ ਕਮਿਸ਼ਨ ਨੇ ਨਹੀਂ ਸੀ ਮੰਨੀ। ਹੁਣ ਵਾਲੇ ਨੇ ਗੁਜਰਾਤ ਦੇ ਮਾਮਲੇ ਚ ਮੰਨ ਲਈ ਤੇ ਹਿਮਾਚਲ ਨੂੰ ਕੱਲ ਚੋਣਾਂ ਕਰਵਾਤੀਆਂ, ਨੁਕਤਾ ਚੀਨੀ ਤੇ ਉਦੋਂ ਹੀ ਸ਼ੁਰੂ ਹੋ ਗਈ ਸੀ। ਇਸ ਵੇਲੇ ਇਹਨੇ ਕੀਤਾ ਏ ਕਿ ਜਿਸ ਦਿਨ ਚੋਣ ਪ੍ਰਚਾਰ ਬੰਦ ਹੋ ਚੁੱਕਾ ਸੀ ਤੇ ਵੋਟਾਂ ਪੈਣ ਚ ਅਗਲਾ ਦਿਨ ਇਕੱਲਾ ਰਹਿ ਗਿਆ ਸੀ, ਉਦੋਂ ਰਾਹੁਲ ਗਾਂਧੀ ਨੇ ਗੁਜਰਾਤ ਦੇ ਜਿਹੜੇ ਉਸ ਬੋਲੀ ਵਾਲੇ ਨਿਊਜ਼ ਚੈਨਲ ਉਹਨਾਂ ਸਾਰਿਆਂ ਨੂੰ ਇੱਕ ਇੰਟਰਵਿਊ ਦੇ ਦਿੱਤੀ, ਉਹਨਾਂ ਨੇ ਉੱਥੇ ਟੈਲੀਕਾਸਟ ਕਰ ਦਿੱਤੀ। ਇਹ ਕਹਿੰਦਾ ਜੀ ਜਦੋਂ ਚੋਣ ਪ੍ਰਚਾਰ ਬੰਦ ਹੋ ਚੁੱਕਾ ਉਦੋਂ ਇੰਟਰਵਿਊ ਕਿਉਂ ਦਿੱਤੀ? ਇਹਦੇ ਉੱਤੇ ਨੋਟਿਸ ਜਾਰੀ ਕਰਤਾ,
ਕਾਂਗਰਸੀਆਂ ਨੇ ਆਖਿਆ ਨੋਟਿਸ ਨਹੀਂ, ਸਾਡੇ ਬੰਦੇ ਤੇ ਕੇਸ ਦਾਇਰ ਕੀਤਾ, ਇੱਕ ਇਹਦਾ ਮੈਂ ਨੋਟਿਸ ਜਾਰੀ ਕੀਤਾ, ਪਤਾ ਨੀ ਦੋਵਾਂ ਚ ਕੀ ਆ। ਪਰ ਇਹਦੇ ਦੌਰਾਨ ਸ਼ਾਮ ਨੂੰ ਵੀ ਸਵੇਰੇ ਵੀ ਸਾਰੇ ਟੀਵੀ ਚੈਨਲਾਂ ਦੇ ਉੱਤੇ ਬੀਜੇਪੀ ਵਾਲੇ ਵੀ ਕਾਂਗਰਸੀ ਵੀ ਸਭ ਥਾਵਾਂ ਦੇ ਉੱਤੇ ਲਗਾਤਾਰ ਬੋਲਦੇ ਰਹੇ। ਪ੍ਰਧਾਨ ਮੰਤਰੀ ਆਪ ਦੋ ਥਾਵਾਂ ਤੇ ਦਿੱਲੀ ਚ ਸਮਾਗਮਾਂ ਚ ਬੋਲਿਆ ਜੀ, ਤੇ ਗੁਜਰਾਤ ਦੀ ਗੱਲ ਹਰ ਥਾਂ ਤੇ ਹੋਈ ਹੈ, ਉਹਦਾ ਚੋਣ ਕਮਿਸ਼ਨਰ ਕੋਲ ਨੋਟਿਸ ਨਹੀਂ ਲਿਆ। ਉਹ ਕਹਿੰਦੇ ਜੀ ਚੋਣ ਕਮਿਸ਼ਨਰ ਦੀ ਪੁਰਾਣੀ ਸਾਂਝ ਹੈ ਇਹ ਉੱਥੇ, ਕਿਉਂਕਿ ਗੁਜਰਾਤ ਵਿਚ ਰਹਿ ਆ, ਗੁਜਰਾਤ ਕੈਡਰ ਦਾ ਨਰਿੰਦਰ ਮੋਦੀ ਨੇ ਇਹਨੂੰ ਬਣਵਾਇਆ, ਇਸ ਕਰਕੇ ਸਿੱਖ ਕੰਮ ਆਵੇ। ਹੁਣ ਅਗਲਿਆਂ ਨੂੰ ਵੀ ਕਹਿਣ ਦਾ ਹੱਕ ਹੈ, ਇਸ ਚੋਣ ਕਮਿਸ਼ਨਰ ਨੂੰ ਆਪਣਾ ਪੱਲਾ ਸਾਫ਼ ਰੱਖਣਾ ਚਾਹੀਦਾ ਸੀ, ਇਹ ਨਹੀਂ ਰੱਖ ਸਕਿਆ, ਤੇ ਕਿਉਂਕਿ ਪੱਲਾ ਸਾਫ਼ ਨਹੀਂ ਰੱਖ ਸਕਿਆ ਇਸ ਕਰਕੇ ਹੁਣ ਜਿੰਨੀ ਕਿਸਮ ਦੇ ਦੋਸ਼ ਕਾਂਗਰਸੀ ਲਾਉਂਦੇ ਆ ਇਹਨੂੰ ਸੁਣਨੇ ਹੀ ਪੈਣੇ, ਇਹਨਾਂ ਦੋਸ਼ਾਂ ਤੇ ਭੱਜ ਨਹੀਂ ਸਕਦਾ। ਇਸ ਇਲੈਕਸ਼ਨ ਚੱਲਦੀ ਦੌਰਾਨ ਹੁਣ ਤਾਂ ਕਾਂਗਰਸੀਆਂ ਨੇ ਆਖਿਆ ਕਿ ਉਹ ਕੱਠਪੁਤਲੀ ਹੈ, ਜਦੋਂ ਕੇਂਦਰ ਚ ਕਾਂਗਰਸੀਆਂ ਦਾ ਰਾਜ ਹੁੰਦਾ ਸੀ ਉਦੋਂ ਏਦਾਂ ਦੀਆਂ ਗੱਲਾਂ ਚੋਣ ਕਮਿਸ਼ਨ ਬਾਰੇ, ਬਲਕਿ ਇਹਦੇ ਤੋਂ ਵੱਧ ਵੀ ਨਰਿੰਦਰ ਮੋਦੀ ਸਾਹਿਬ ਕਹਿੰਦੇ ਰਹੇ ਜੀ। ਜਦੋਂ ਹੈਗੀਆਂ ਸੀਗੀਆਂ 2002 ਦੀਆਂ ਚੋਣਾਂ, ਉਦੋਂ ਇੱਕ ਚੋਣ ਕਮਿਸ਼ਨਰ ਹੁੰਦਾ ਸੀ ਜੇ ਐਮ ਲਿੰਗਡੋ ਜੀ, ਲੋਕੀ ਉਹਨੂੰ ਜੇ ਐਮ ਲਿੰਗਡੋ ਜਾਣਦੇ ਸੀ। ਨਰਿੰਦਰ ਮੋਦੀ ਨੇ ਲੋਕਾਂ ਨੂੰ ਦੱਸਿਆ ਕਿ ਉਹਦਾ ਨਾਂ ਜੇਮਸ ਮਾਈਕਲ ਲਿੰਗਡੋ ਆ ਜੀ, ਔਰ ਤਕਰੀਰ ਕੀਤੀ ਸੀ ਕਿ ਜੇਮਸ ਮਾਈਕਲ ਲਿੰਗਡੋ ਤੇ ਸੋਨੀਆ ਗਾਂਧੀ ਦੋਵੇਂ ਕ੍ਰਿਸਚੀਅਨ ਹੈ, ਤੇ ਮੈਨੂੰ ਪਤਾ ਲੱਗਾ ਕਿ ਐਤਵਾਰ ਦੇ ਦਿਨ ਚਰਚ ਵਿਚ ਜਾ ਕੇ ਲੋਕਾਂ ਤੋਂ ਓਹਲੇ ਮਿਲ ਕੇ ਸਲਾਹ ਕਰਦੇ ਆ ਕਿ ਕੀ ਕਰਨਾ ਜੀ। ਇੱਕੋ ਤੱਕ ਵੀ ਗੱਲਾਂ ਆਖੀਆਂ ਗਈਆਂ, ਜਦੋਂ ਆਖਦੇ ਰਹੇ ਨੇ ਤੇ ਹੁਣ ਦੂਸਰੇ ਵੀ ਆਖਣਗੇ ਕਾਂਗਰਸੀਆਂ ਨੂੰ ਕਿੱਦਾਂ ਰੋਕਿਆ ਜਾ ਸਕਦਾ, ਰਾਜਨੀਤੀ ਬੜੇ ਗੰਧਲੇ ਪਾਸੇ ਨੂੰ ਤੁਰ ਗਈ ਆ, ਉਹਦੇ ਚ ਉਹ ਵੀ ਬੋਲਦੇ ਆ ਤੇ ਇਹਨਾਂ ਨੂੰ ਵੀ ਬੋਲਣ ਲੱਗ ਜੀ। ਪੰਨੂ ਸਾਹਿਬ, ਸੂਬੇ ਦੇ ਵਿਚ ਲਗਭਗ 1.25 ਲੱਖ ਜਾਅਲੀ ਪੈਨਸ਼ਨਰ ਆ ਜਿਹੜੇ ਇਹ ਲਿਸਟ ਹੋ ਗਏ, ਹਾਲਾਂਕਿ 5% ਕੰਮ ਜਿਹੜਾ ਉਹਦੀ ਜਾਂਚ ਹੋਣੀ ਬਾਕੀ ਹੈ, ਤੇ ਫਿਰ ਤਾਂ ਬੜੇ ਕਰਪਟ ਲੋਕ ਪੈਦਾ ਕਰਤੇ ਜੀ ਪੰਜਾਬ ਸਰਕਾਰ ਨੇ ਪਿਛਲੀ ਨੇ। ਮੇਰਾ ਖਿਆਲ ਹੈ ਕਿ ਅਜੇ ਵੀ ਕਮਜ਼ੋਰੀ ਰਹਿ ਗਈ ਹੈ। ਸਾਡੇ ਗੁਆਂਢ ਹਰਿਆਣੇ ਦੇ ਵਿਚ 3,42,000 ਜਾਅਲੀ ਪੈਨਸ਼ਨਰ ਨਿਕਲੇ। ਉਹ ਜਾਅਲੀ ਪੈਨਸ਼ਨਰ ਜਿੱਦਾਂ ਉਹਨਾਂ ਕੱਢੇ ਆ, ਜੇ ਪੰਜਾਬ ਚ ਕੱਢੇ ਜਾਣ ਤੇ ਮੇਰਾ ਖਿਆਲ ਹੈ ਇੱਥੇ 4.5 ਲੱਖ ਨਿਕਲਣਗੇ। ਜਿਹੜਾ 1,22,25,000 ਕਹਿਣ ਡਿਆ ਨਿਕਲੇ ਆ, ਇਹ ਗਿਣਤੀ ਠੀਕ ਨੀ ਇਹਨਾਂ ਦੀ ਜੀ। ਹਰਿਆਣੇ ਨੇ ਕਿੱਥੋਂ ਲੱਭੇ? ਉਹ ਫਾਰਮੂਲਾ ਵੀ ਵਰਤ ਲੈਣ। ਉਹਨਾਂ ਨੇ ਹਰ ਪੈਨਸ਼ਨ ਦੇ ਨਾਲ ਆਧਾਰ ਕਾਰਡ ਅਟੈਚ ਕਰਤਾ ਜੀ, ਇਹਨਾਂ ਨੇ ਆਧਾਰ ਕਾਰਡ ਨਹੀਂ ਅਟੈਚ ਕੀਤਾ। ਇਹਨਾਂ ਨੇ ਜ਼ਿਲ੍ਹਿਆਂ ਚ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਪੜਤਾਲ ਕਰਕੇ ਦੱਸੋ। ਡਿਪਟੀ ਕਮਿਸ਼ਨਰਾਂ ਦੀ ਪੜਤਾਲ ਚ 36 ਜਣਿਆਂ ਦੇ ਨਾਂ ਬੋਲਦੇ ਵੀ ਹੁਣ ਤਾਂ ਰੋਕ ਲਏ ਜਾਂਦੇ ਆ, ਉੱਥੇ ਤੇ ਪਹੁੰਚ ਹੋ ਜਾਂਦੀ ਹੈ। ਪਰ ਆਧਾਰ ਕਾਰਡ ਵਾਲੀ ਪੜਤਾਲ ਜਿਹੜੀ ਸੀ ਉਹਦੇ ਚੋਂ ਸਾਰੇ ਪੈਨਸ਼ਨਰ ਜਿਹੜੇ ਸੀ ਉਹ ਇਸ ਕਰਕੇ ਫੜੇ ਗਏ ਕਿ ਕਈ ਪੈਨਸ਼ਨਰ ਏਦਾਂ ਦੇ ਆ ਕਿ ਆਪਣੇ ਪਿੰਡ ਦੇ ਖਾਤੇ ਵਿਚ ਵੀ ਪੈਨਸ਼ਨ ਲਈ ਜਾਂਦੇ ਆ, ਤੇ ਆਪਣਾ ਜ਼ਿਲ੍ਹਾ ਛੱਡ ਕੇ ਦੂਸਰੇ ਜ਼ਿਲ੍ਹੇ ਚ ਜਾ ਕੇ ਘਰ ਬਣਾ ਲਿਆ ਉੱਥੇ ਵੀ ਪੈਨਸ਼ਨ ਲਈ ਜਾਂਦੇ ਆ। ਉੱਥੇ 36,000 ਪੈਨਸ਼ਨ ਇਹੋ ਜਿਹੇ ਨਿਕਲੇ ਸਨ ਪੈਨਸ਼ਨਰ ਜਿਹੜੇ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੋਂ ਆਏ ਹੋਏ ਸਨ ਜੀ, ਇੱਥੇ ਪੰਜਾਬ ਵਿਚ ਕਾਰੋਬਾਰ ਲਈ ਆ ਗਏ। ਇੱਥੇ ਆ ਕੇ ਵੀ ਉਹਨਾਂ ਨੇ ਆਪਣੇ ਪੈਨਸ਼ਨਾਂ ਲਵਾ ਲਈਆਂ, ਆਧਾਰ ਕਾਰਡ ਬਣਵਾ ਲਏ, ਤੇ ਉੱਥੇ ਵੀ ਆਪਣੇ ਆਧਾਰ ਕਾਰਡ ਬਣਵਾ ਕੇ ਤੇ ਕਈਆਂ ਦਾ ਆਧਾਰ ਕਾਰਡ ਇੱਕੋ ਹੀ ਸੀ ਉੱਥੋਂ ਵਾਲਾ, ਉਹ ਇੱਥੇ ਆ ਕੇ ਪੈਨਸ਼ਨ ਵੀ ਲੈਂਦੇ ਸੀ ਉੱਥੇ ਵੀ। ਜਦੋਂ ਆਧਾਰ ਕਾਰਡ ਨਾਲ ਜੋੜੀਆਂ ਤੇ ਆਧਾਰ ਕਾਰਡ ਨੇ ਫੱਟ ਦੱਸਤਾ ਕਿ ਇਸ ਬੰਦੇ ਨੂੰ ਦੋ ਥਾਵਾਂ ਤੋਂ ਪੈਨਸ਼ਨ ਮਿਲਦੀ ਹੈ, ਝਾਰਖੰਡ ਦੀ ਸਰਕਾਰ ਤੋਂ ਵੀ ਲੈਂਦਾ ਤੇ ਪੰਜਾਬ ਵਾਲੀ ਤੋਂ ਵੀ। ਇਹ ਕੰਮ ਪੰਜਾਬ ਸਰਕਾਰ ਵੀ ਕਰਵਾ ਸਕਦੀ ਹੈ ਜੇ ਚੰਗੀ ਤਰ੍ਹਾਂ ਕਰਾਇਆ ਜਾਵੇ ਤੇ ਸਾਰੇ ਸਾਹਮਣੇ ਆ ਜਾਣਗੇ। ਹੁਣ ਤੱਕ ਨਹੀਂ ਆਏ, ਇਕਦਮ ਨਿਕਲਾਉਣਗੇ। ਸਰਕਾਰ ਨੇ ਇਹ ਕੰਮ ਅਜੇ ਨਹੀਂ ਕਰਵਾਇਆ ਔਰ ਕਰਵਾਉਣਾ ਚਾਹੀਦਾ। ਦੂਸਰਾ ਮੈਂ ਦੱਸਾਂ ਕਿ ਇੱਥੇ ਸਭ ਤੋਂ ਵੱਧ ਜਿਹੜੇ ਜਾਅਲੀ ਨੇ ਉਹ ਬਠਿੰਡੇ ਚ ਨਿਕਲਦੇ ਪਏ ਆ। ਬਠਿੰਡੇ ਚ ਨਿਕਲਣ ਦਾ ਕਾਰਨ ਇਹ ਹੈ ਕਿ ਉੱਥੇ ਬੀਬੀ ਜੀ ਖੜੇ ਕੇਂਦਰ ਚ ਮੰਤਰੀ ਨੇ। ਜਦੋਂ ਪਾਰਲੀਮੈਂਟ ਚੋਣ ਹੁੰਦੀ ਹੈ ਉਦੋਂ ਨੇੜੇ ਜਾ ਕੇ ਉਸ ਹਲਕੇ ਚ ਬੜੀ ਤੇਜ਼ੀ ਨਾਲ ਜਾਅਲੀ ਨੀਲੇ ਕਾਰਡ, ਆਟਾ ਦਾਲ ਸਕੀਮ ਵਾਸਤੇ ਜਾਅਲੀ ਪੈਨਸ਼ਨਾਂ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪੰਜਾਬ ਚ ਇਹੋ ਜਿਹੇ ਕੇਸ ਸਾਹਮਣੇ ਆ ਚੁੱਕੇ ਆ, ਜਿਹੜੀਆਂ ਕੁੜੀਆਂ ਦਾ ਜੇ ਵਿਆਹ ਨਹੀਂ ਹੋਇਆ ਉਹਨਾਂ ਨੂੰ ਵਿਆਹੀਆਂ ਹੀ ਨਹੀਂ, ਉਹਨਾਂ ਨੂੰ ਅੱਗੋਂ ਵਿਡੋ ਵੀ ਸਾਬਤ ਕਰਕੇ ਵਿਡੋ ਪੈਨਸ਼ਨ ਲਵਾਈ ਪਈ ਹੈ। ਇਹੋ ਜਿਹੇ ਕੇਸ ਵੀ ਨੇ ਜਿੱਥੇ 20-22-24 ਸਾਲ ਦੇ ਬੱਚੇ ਜਿਹੜੇ ਆ, ਮੁੰਡੇ ਜਿਹੜੇ ਆ, ਉਹ ਪੈਨਸ਼ਨਾਂ ਲੈਂਦੇ ਆ, ਬੁਢਾਪਾ ਪੈਨਸ਼ਨਾਂ ਲੈ ਰਹੇ ਜੀ। ਏਦਾਂ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਪਈਆਂ। ਪੰਜਾਬ ਦੇ ਜਿਹੜੇ ਏਦਾਂ ਦੀ ਰੈਫਰੀ ਕਰਨ ਵਾਲੇ ਉਹਨਾਂ ਨੇ ਕਈ ਕੰਮ ਕੀਤੇ ਪਏ ਆ, ਜੋ ਹੇਰਾਫੇਰੀਆਂ ਹੁਣ ਫੜੀਆਂ ਜਾ ਰਹੀਆਂ ਨੇ। ਉਹਦੇ ਚ ਅਜੇ ਜਿੰਨੇ ਆਏ ਆ, ਤੁਹਾਡੀ ਗੱਲ ਮੈਂ ਮੰਨ ਲੈਣਾ ਕਿ ਇੰਨੇ ਆ,
ਇਹ ਵੀ ਪੂਰੇ ਨਹੀਂ ਗੇ, ਜੇ ਪੁਣ ਛਣ ਕੀਤੀ ਜਾਵੇ ਤੇ ਇਹਦੇ ਤੋਂ ਦੁੱਗਣੇ ਤੱਕ ਜਾ ਸਕਦੇ ਜੀ। ਪੰਨ ਸਾਹਿਬ, ਕਰਜ਼ਾ ਮਾਫ਼ੀ ਦੇ ਵਾਸਤੇ ਹੁਣ ਕਹਿੰਦੇ ਜੀ ਜਨਵਰੀ ਚ ਅਸੀਂ ਤੁਹਾਨੂੰ ਸਰਟੀਫਿਕੇਟ ਵੰਡਾਂਗੇ, ਕਿਸਾਨ ਹੈ ਜਿਹੜੇ ਉਹ ਹਲੇ ਤੱਕ ਬੈਂਕ ਦੀਆਂ ਲਿਮਟਾਂ ਨਹੀਂ ਭਰਦੇ, ਕਹਿੰਦੇ ਕਿਤੇ ਕਰਜ਼ਾ ਮਾਫ਼ੀ ਆ ਗਈ ਫਿਰ ਕਿਤੇ ਸਾਡੇ ਵਾਲੇ ਭਰੇ ਭਰਾਏ ਐਵੇਂ ਨਾ ਜਾਣ। ਕਿਸਾਨਾਂ ਨੂੰ ਇੱਕ ਗੱਲ ਦਾ ਨੀ ਪਤਾ, ਪਿੰਡਾਂ ਜਦੋਂ ਪੈਲੀ ਗਹਿਣੇ ਕੀਤੀ ਜਾਂਦੀ ਹੈ ਨਾ ਜੀ, ਤੇ ਉਹਦੇ ਵਿਚ ਫਿਰ ਉਹ ਆਮ ਤੌਰ ਤੇ ਲਿਖਦੇ ਹੁੰਦੇ ਆ ਕਿ ਇਹ ਭਾਦੋਂ ਵਿਚ ਜਾਂ ਚੇਤ ਵਿਚ ਅਗਲੇ ਸਾਲ ਜਾ ਕੇ ਤੇ ਛਡਾਈ ਜਾ ਸਕਦੀ, ਉਸ ਤੋਂ ਪਹਿਲਾਂ ਨੀ ਛਡਾਈ ਜਾ ਸਕਦੀ। ਪਰ ਜੇ ਕੋਈ ਪਾਰਟੀ ਵਸੀਕਾ ਨੂੰ ਇਸ ਤਰ੍ਹਾਂ ਲਿਖਾਈ ਮਿਲੀ ਹੋਵੇ ਜੋ ਕਹਿ ਦਿੰਦੇ ਆ ਜੀ ਇਹ ਭਾਦੋਂ ਵਿਚ ਛਡਾਈ ਜਾ ਸਕਦੀ ਹੈ, ਅਗਲਾ ਸਾਲ ਜਾਂ ਕਿਹੜਾ ਸਾਲ ਉਹ ਲਿਖਦੇ ਹੀ ਨੀ, ਉਹਦਾ ਮਤਲਬ ਹੁੰਦਾ ਕਿ ਜੇ ਅਗਲੇ ਭਾਦੋਂ ਦੇ ਵਿਚ ਵਿਚ ਛਡਾ ਲੈਣ ਤੇ ਠੀਕ ਆ, ਨਹੀਂ ਤੇ ਇੱਕ ਹੋਰ ਭਾਦੋਂ ਤੱਕ। ਉਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ। ਹੁਣ ਜਿਹੜਾ ਇਹ ਹੈ ਕਿ ਜਨਵਰੀ ਚ ਕਰ ਦਿਆਂਗੇ, ਦਸੰਬਰ ਚ ਕਰ ਦਿਆਂਗੇ, ਲੋਕੀ ਮਜ਼ਾਕ ਕਰਦੇ ਪਏ ਆ ਕਿ ਦਸੰਬਰ ਚ ਆਖਿਆ, ਇਹ ਥੋੜਾ ਆਖਿਆ ਸੀ ਕਿ 2017 ਦੇ ਦਸੰਬਰ ਚ ਕਰ ਦਿਆਂਗੇ, 2018 ਤੱਕ ਵੀ ਜਾ ਸਕਦਾ। ਮੈਨੂੰ ਪਤਾ ਕਿ 2018 ਤੱਕ ਨਹੀਂ ਜਾ ਸਕਦਾ ਜੀ, ਪਰ ਜਿੰਨਾ ਲੇਟ ਹੋ ਗਿਆ ਲੋਕਾਂ ਦੇ ਮਨ ਵਿਚ ਬੇਵਿਸ਼ਵਾਸੀ ਪੈਦਾ ਹੋ ਰਹੀ ਹੈ। ਪੰਜਾਬ ਸਰਕਾਰ ਦੀਆਂ ਆਪਣੀਆਂ ਸਮੱਸਿਆਵਾਂ ਨੇ, ਪੈਸਾ ਇਹਨਾਂ ਦੇ ਕੋਲ ਕੋਈ ਨੀ, ਗਾਗਰ ਖਾਲੀ ਛਣਕਦੀ ਹੈ। ਇਹ ਵੀ ਪਤਾ ਕਿ ਪਿਛਲੀ ਸਰਕਾਰ ਸਾਰੀਆਂ ਸਰਕਾਰੀ ਬਿਲਡਿੰਗਾਂ ਇੱਥੋਂ ਤੱਕ ਕਿ ਵੱਡੇ ਵੱਡੇ ਸਟੇਡੀਅਮ ਵੀ ਗਹਿਣੇ ਧਰ ਕੇ ਤੁਰ ਗਈ ਹੈ, ਤੇ ਪੰਜਾਬ ਸਰਕਾਰ ਨੇ ਆਖਿਆ ਸੀ ਵਾਈਟ ਪੇਪਰ ਲਿਆਵਾਂਗੇ, ਲਿਆਓ ਵਾਈਟ ਪੇਪਰ ਜੀ। ਉਹਦੇ ਚ ਦੱਸੋ ਕਿ ਫਲਾਨੇ ਫਲਾਨੇ ਥਾਂ ਦੇ ਉੱਤੇ ਐਸ ਐਸ ਬਿਲਡਿੰਗ ਦੇ ਉੱਤੇ ਇੰਨਾ ਇੰਨਾ ਕਰਜ਼ਾ, ਤੇ ਨਾਲ ਇਹ ਦੱਸੋ ਕਿ ਕਰਜ਼ਾ ਲਿਆ ਕਦੋਂ ਸੀ ਤੇ ਕਿਹਦੇ ਹੁਕਮ ਨਾਲ ਲਿਆ ਸੀ ਤੇ ਗਿਆ ਕਿੱਥੇ ਆ। ਵਾਈਟ ਪੇਪਰ ਜਾਰੀ ਕਰੋ, ਕਰਦੇ ਕਿਉਂ ਨੀ ਜੀ? ਲੋਕੀ ਇਸ ਮਾਮਲੇ ਨੂੰ ਲੈ ਕੇ ਬਹੁਤ ਨੁਕਤਾਚੀਨੀ ਇਸ ਵੇਲੇ ਸਰਕਾਰ ਦੀ ਕਰਦੇ ਪਏ ਆ। ਸਰਕਾਰ ਦੇ ਮੁੱਖ ਮੰਤਰੀ ਸਾਹਿਬ ਤਾਂ ਇਸ ਵੇਲੇ ਕਦੇ ਲੱਭਦੇ ਨੀ, ਪਤਾ ਨੀ ਕਿੱਥੇ, ਕੋਈ ਮਤਲਬ ਇਹ ਬਹੁਤਾ ਸਰਗਰਮ ਨੀ ਦਿਖਾਈ ਦੇ ਰਹੇ, ਕਦੇ ਕਦੇ ਕਿਸੇ ਕਦੇ ਫੰਕਸ਼ਨ ਚਲੇ ਜਾਣਾ। ਮੁਕਾਬਲਾ ਤੇ ਉਸ ਬਾਦਲ ਦੇ ਨਾਲ ਆ ਜਿਹੜਾ 90 ਸਾਲ ਦੀ ਉਮਰ ਨੂੰ ਪਹੁੰਚ ਕੇ ਵੀ ਸਵੇਰੇ 5 ਵਜੇ ਘਰੋਂ ਨਿਕਲ ਤੁਰ ਪੈਂਦਾ ਸੀ ਜੀ, ਤੇ 12 ਵਜੇ ਤੱਕ 5-6 ਪਿੰਡਾਂ ਦੇ ਵਿੱਚੋਂ ਚੱਕਰ ਮਾਰ ਜਾਂਦਾ ਸੀ, 10-12 ਘਰਾਂ ਚ ਕਿਸੇ ਦੇ ਘਰ ਅਫਸੋਸ ਕਰ ਜਾਂਦਾ, ਕਿਸੇ ਦੇ ਘਰ ਸ਼ਗਨ ਪਾ ਜਾਂਦਾ ਸੀ। ਇਹਨਾਂ ਨੂੰ ਥੋੜਾ ਸਰਗਰਮ ਹੋਣਾ ਚਾਹੀਦਾ, ਇਹ ਅਜੇ ਤੱਕ ਉਧਰ ਹੋ ਨੀ ਰਿਹਾ। ਕਰਜ਼ੇ ਬਾਰੇ ਵੀ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਅਸੀਂ ਜੁਲਾਈ ਚ ਮਾਫ਼ ਕਰ ਦਿਆਂਗੇ, ਅਸੀਂ ਅਗਸਤ ਚ ਸਰਟੀਫਿਕੇਟ ਦੇ ਦਿਆਂਗੇ, ਫਿਰ ਤੁਰਦਾ ਤੁਰਦਾ ਨਵੰਬਰ ਚ ਮੁੜ ਕੇ ਆਖਿਆ 14 ਦਸੰਬਰ ਨੂੰ ਤਾਂ ਅਸੀਂ ਬਠਿੰਡੇ ਚ ਲੋਕਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਦੇ ਦੇਣੇ ਆ, ਫਿਰ 14 ਲੰਘ ਗਿਆ, ਅੱਜ 15 ਆ ਗਈ ਹੈ। ਹੁਣ ਦੋ ਖ਼ਬਰਾਂ ਆ ਰਹੀਆਂ ਨੇ, ਇੱਕ ਖ਼ਬਰ ਤਾਂ ਇਹ ਆਉਂਦੀ ਆ ਕਿ 4 ਜਨਵਰੀ ਨੂੰ ਫੰਕਸ਼ਨ ਕੀਤਾ ਜਾਊਗਾ, ਉਹ ਪਤਾ ਨੀ ਬਿਆਨ ਕਿਹਨੇ ਦਿੱਤਾ ਪਰ ਖ਼ਬਰ ਚੱਲਦੀ ਪਈ ਆ। ਦੂਸਰੀ ਖ਼ਬਰ ਅੱਜ ਹੁਣ ਮੈਂ ਨੈਟ ਤੇ ਪੜ੍ਹਦਾ ਪਿਆ ਇਹਦਾ, ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਦਾ ਬਿਆਨ ਜੀ। ਮਨਪ੍ਰੀਤ ਸਿੰਘ ਬਾਦਲ ਕਹਿੰਦਾ ਜੀ ਅਸੀਂ ਦਸੰਬਰ ਟੱਪਣ ਨਹੀਂ ਦੇਣਾ, ਦਸੰਬਰ ਦੇ ਵਿਚ ਵਿਚ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਅਸਾਂ ਦੇ ਦੇਣੇ ਆ ਜੀ। ਜੇ ਇੰਨੀ ਤਿਆਰੀ ਕੀਤੀ ਪਈ ਹੈ ਤੇ ਉਹਦੀ ਕੋਈ ਧੂਫ ਬੱਤੀ ਕਰਨ ਵਾਲੀ ਤੇ ਮਹੂਰਤ ਕਢਾਉਣਾ, ਤੁਸੀਂ ਕੰਮ ਇੰਨਾ ਕਰਕੇ ਪਾਸੇ ਕਰੋ, ਲਮਕਾਇਆ ਕਿਉਂ ਜਾ ਰਿਹਾ ਜੀ? ਸਰਕਾਰ ਅਜੇ ਬਹੁਤ ਸਾਰੇ ਮਾਮਲਿਆਂ ਦੇ ਵਿਚ ਪਿਛਲੀ ਸਰਕਾਰ ਨੂੰ ਜੋ ਕੁਝ ਕਰ ਗਈ ਆ ਉਸੇ ਨੂੰ ਕ੍ਰੈਡਿਟ ਦੇਈ ਜਾਂਦੀ ਹੈ। ਮੈਂ ਹੈਰਾਨ ਹੈ ਕਿ ਇਹਨਾਂ ਨੂੰ ਪਤਾ ਹੀ ਨੀ ਲੱਗਦਾ ਕਿ ਅਸੀਂ ਕੀ ਕਰਦੇ ਪਏ। ਅਜੇ ਤੱਕ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਇਹੋ ਜਿਹੀਆਂ ਜਿਨ੍ਹਾਂ ਦੇ ਉੱਤੇ ਬਾਦਲਾਂ ਦਾ ਨਾਂ ਹੀ ਚਲੀ ਜਾਂਦਾ, ਕਿਸੇ ਨੂੰ ਪਤਾ ਹੀ ਨੀ ਕਿ ਸਰਕਾਰ ਬਦਲ ਗਈ ਹੈ ਜੀ। ਅਜੇ ਇਹਨਾਂ ਦੇ ਨੈੱਟ ਦੇ ਉੱਤੇ ਕਈ ਥਾਵਾਂ ਇਹੋ ਜਿਹੀਆਂ ਜਿੱਥੇ ਬਾਦਲ ਪਿਓ ਪੋਤੇ ਬੈਠੇ ਆ ਸਰਕਾਰੀ ਸਾਈਟਾਂ ਦੇ ਉੱਤੇ, ਇਹਨਾਂ ਨੂੰ ਇਹ ਵੀ ਨੀ ਪਤਾ। ਆ ਹੁਣ ਇਸ ਵੇਲੇ ਨਗਰ ਕੌਂਸਲਾਂ ਦੀਆਂ ਚੋਣਾਂ ਹੁੰਦੀਆਂ ਨੇ, ਨਗਰ ਨਿਗਮਾਂ ਦੀਆਂ ਤੇ ਨਗਰ ਪੰਚਾਇਤਾਂ ਦੀਆਂ, ਤੇ ਜਿਹੜਾ ਪੰਜਾਬ ਦਾ ਆਪਣਾ ਇਹਨਾਂ ਦਾ ਚੋਣ ਕਮਿਸ਼ਨ ਹੈ ਇਹਨਾਂ ਕੰਮਾਂ ਵਾਸਤੇ, ਉਹਦੀ ਸਾਈਟ 2013 ਤੋਂ ਬਾਅਦ ਕਿਸੇ ਨੇ ਅਪਡੇਟ ਹੀ ਨੀ ਕੀਤੀ ਜੀ। ਜੇ ਅਪਡੇਟ ਹੀ ਨੀ ਕੀਤੀ, ਉਹਦੇ ਵਿਚ ਸਿਰਫ ਮੁੱਖ ਚੋਣ ਕਮਿਸ਼ਨਰ ਬਦਲ ਦਿੱਤਾ ਤੇ ਮੁੱਖ ਮੰਤਰੀ ਬਦਲ ਦਿੱਤਾ, ਬਾਕੀ ਸਾਰਾ ਕੁਝ ਉਦਾਂ ਹੀ ਰਹਿਣ ਦਿੱਤਾ, ਤੇ ਉਹ ਕਰਨੀ ਨੀ। ਤੇ ਉਹਦੇ ਵਿਚ ਤਾਂ ਅਜੇ ਤੱਕ ਉਹੀ ਸਾਰੇ ਜਿਹੜੇ ਪ੍ਰੈਸ ਨੋਟ ਆ 2013 ਵਾਲੇ ਬਾਦਲ ਸਰਕਾਰ ਦੇ ਚੱਲਦੇ ਪਏ ਜੀ। ਤੇ ਇਹਨਾਂ ਨੂੰ ਜਿਹੜਾ ਪੰਜਾਬੀ ਚ ਕਹਿੰਦੇ ਹੁੰਦੇ ਘਰੋਂ ਖਾ ਕੇ ਮੱਤ ਦੇਣ, ਕੌਣ ਜਾਵੇ? ਇਹ ਨਾ ਤਾਂ ਕਿਸੇ ਦੀ ਸੁਣਦੀ ਹੈ, ਨਾ ਕਿਸੇ ਨੂੰ ਮਿਲਦੀ ਹੈ, ਨਾ ਕਿਸੇ ਦਾ ਫੋਨ ਹੀ ਸੁਣਦੇ ਆ। ਆਪੋ ਆਪਣੀ ਥਾਂ ਤੇ ਸਾਰੇ ਘੋੜੇ ਭਜਾਈ ਫਿਰਦੇ। ਇਸ ਸਰਕਾਰ ਚ ਤਾਲਮੇਲ ਹੈ ਨੀ ਗਾ, ਜੇ ਤਾਲਮੇਲ ਨਾਲ ਨਾ ਚੱਲੇ ਤੇ ਗੱਲ ਕੱਲੇ ਕਿਸਾਨੀ ਕਰਜ਼ਿਆਂ ਦੀ ਨੀ, ਇਹਨਾਂ ਨੇ ਹੋਰਨਾਂ ਮਾਮਲਿਆਂ ਚ ਵੀ ਆਪਣੀ ਬਦਨਾਮੀ ਕਰਾ ਲੈਣੀ ਜੀ। ਪੰਨੂ ਸਾਹਿਬ, ਨਗਰ ਨਿਗਮ ਇਲੈਕਸ਼ਨ ਦੀ ਗੱਲ ਕੀਤੀ ਹੈ ਤਾਂ ਜੀ ਚੋਣ ਪ੍ਰਚਾਰ ਅੱਜ ਠੱਲ ਗਿਆ, ਪੈਣ ਲੱਗ ਗਈ ਉਹ ਆਮ ਸ਼ਹਿਰੀਆਂ ਦੇ ਕੰਨਾਂ ਨੂੰ ਰਾਹਤ? ਅੱਜ ਥੋੜੀ ਜਿਹੀ ਰਾਹਤ ਹੈ, ਨਹੀਂ ਤਾਂ ਸ਼ਾਮ ਨੂੰ ਇੱਥੇ ਬਥੇਰਾ ਖਾਖੜ ਕੇ ਕਦੇ ਸਪੀਕਰ ਉੱਚੀ ਉੱਚੀ ਬੋਲਦਾ ਲੰਘ ਜਾਂਦਾ,
ਓਹਦੇ ਮਗਰ 30-40 ਜਾਣੇ ਆ ਜਾਂਦੇ ਜੀ, ਅਸੀਂ ਫਲਾਣੇ ਵਾਸਤੇ ਵੋਟਾਂ ਆਖਣ ਵਾਸਤੇ ਆਏ ਆ ਜੀ, ਇੱਕ ਟੋਲਾ ਜਾਂਦਾ ਤੇ ਦੂਸਰਾ ਆ ਜਾਂਦਾ। ਉਹ ਹੁਣ ਕਿਉਂਕਿ ਵਾਰਡ ਛੋਟਾ ਹੁੰਦਾ, ਅਜੇ ਅਸੈਂਬਲੀ ਹਲਕਾ ਵੀ ਵੱਡਾ ਤੇ ਪਾਰਲੀਮੈਂਟ ਹਲਕਾ ਤੇ ਬਹੁਤ ਵੱਡਾ ਹੁੰਦਾ, ਤੇ ਵਾਰਡ ਤਾਂ ਹੈਗੇ 20-25 ਗਲੀਆਂ ਹੁੰਦੀਆਂ ਨੇ, ਉਹਨੇ ਥਾਂ ਚ ਮੁੜ ਮੁੜ ਕੇ ਘੁੰਮਣਾ। ਉਸੇ ਦਿਨ ਦੇ ਲੱਗੇ ਸੀ, ਚੱਕਰ ਜੇ ਮਾਰੀ ਜਾਂਦੇ ਸੀ। ਅੱਜ ਇਸ ਗੱਲੋਂ ਸਾਹ ਸੌਖਾ। ਪਰ ਮੈਂ ਸਰਕਾਰੀ ਪ੍ਰੈਸ ਨੋਟ ਪੜਿਆ ਸੀ ਜਿਸ ਚ ਕਿਹਾ ਗਿਆ ਕਿ ਚੋਣ ਪ੍ਰਚਾਰ ਜਿਹੜਾ ਜਲਸੇ ਰੈਲੀਆਂ ਬਾਕੀ ਸਭ ਪ੍ਰਚਾਰ ਬੰਦ ਹੈ, ਕੈਂਡੀਡੇਟਾਂ ਨੂੰ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਖੁੱਲ ਹੋਵੇ ਜੀ। ਜੋ ਡੋਰ ਟੂ ਡੋਰ ਅੱਜ ਰਾਤ ਨੂੰ ਵੀ 11 ਵਜੇ ਤੱਕ ਭਲਕੇ ਵੀ ਗੇੜੇ ਮਾਰਦੇ ਰਹਿਣ, ਲੋਕਾਂ ਦੇ ਦਰਵਾਜੇ ਖੜਕਾਉਂਦੇ ਰਹਿਣ, ਕੱਲੇ ਦਰਵਾਜੇ ਨੀ ਖੜਕਾਉਂਦੇ ਰਹਿਣਗੇ, ਭਲਕ ਤੱਕ ਸ਼ਾਮ ਤੱਕ ਕੁਛ ਨਾ ਕੁਛ ਲੋਕਾਂ ਦੇ ਘਰਾਂ ਚ ਵੀ ਪਹੁੰਚਾਉਣਗੇ। ਕੁਝ ਖਾਸ ਹਲਕੇ ਇਹੋ ਜਿਹੇ ਹੋਣਗੇ ਜਿੱਥੇ ਪੈਸਿਆਂ ਦਾ ਲੈਣ ਦੇਣ ਵੀ ਹੋਣਾ। ਕੁਝ ਬੰਦੇ ਆ ਜਿਨ੍ਹਾਂ ਨੇ ਮੋਟਾ ਪੈਸਾ ਖਰਚਣਾ ਤੇ ਉਹ ਪੈਸੇ ਵਾਲੇ ਕੰਮ ਵੀ ਕਰਨਗੇ ਆਪਣੇ ਬੰਦਿਆਂ ਦੇ ਰਾਹੀਂ। ਉਹ ਸਭ ਕੁਝ ਚੱਲਦਾ ਪਿਆ, ਚੋਣ ਦੀ ਪੂਰੀ ਤਿਆਰੀ ਹੈ। ਓਦਾਂ ਇਸ ਚੋਣ ਦੇ ਵਿੱਚ ਇਸ ਵਾਰੀ ਕਾਂਗਰਸ ਪਾਰਟੀ ਵਾਸਤੇ ਕੰਮ ਥੋੜਾ ਜਿਹਾ ਦੂਸਰਿਆਂ ਨਾਲ ਸੌਖਾ ਜਾਪਦਾ ਜੇ ਕਾਂਗਰਸ ਵਾਲੇ ਢੰਗ ਨਾਲ ਚੱਲਣ। ਸੌਖਾ ਇਸ ਕਰਕੇ ਹੈ ਕਿ ਆਮ ਆਦਮੀ ਪਾਰਟੀ ਦੇ ਵਿਚ ਇਕ ਤਾਂ ਥੋੜਾ ਜਿਹਾ ਪਾਰਟਿਕ ਹੈ, ਦੂਸਰਾ ਇਹਨਾਂ ਵੱਲੋਂ ਬੰਦੇ ਬਹੁਤੇ ਮੈਦਾਨ ਵਿਚ ਨਹੀਂ। ਮੇਰੇ ਕੋਲ ਜਿਹੜੀ ਗੱਲ ਆਈ ਉਹ ਇਹ ਨਿਕਲਦੀ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੰਦਿਆਂ ਨੇ ਆਜ਼ਾਦ ਚੋਣ ਲੜੀ ਆ। ਮਿਸਾਲ ਦੇ ਤੌਰ ਤੇ ਤੁਹਾਡੇ ਤਲਵੰਡੀ ਸਾਹਿਬ ਉਹਦੇ ਵਿਚ ਮੈਨੂੰ ਪਤਾ ਲੱਗਾ ਕਿ ਆਪ ਪਾਰਟੀ ਦੇ ਕਈ ਬੰਦਿਆਂ ਨੇ ਆਜ਼ਾਦ ਉਮੀਦਵਾਰ ਬਣ ਕੇ ਚੋਣ ਲੜੀ ਹੈ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਕਹਿੰਦੇ ਜੀ ਪਾਰਟੀ ਕਮਜ਼ੋਰ ਹੈ, ਜੇ ਅਸੀਂ ਪਾਰਟੀ ਵੱਲੋਂ ਚੋਣ ਲੜੇ ਜਿੱਤ ਅਸੀਂ ਤਾਂ ਵੀ ਜਾਣਾ, ਏਦਾਂ ਲੜੀਏ ਤਾਂ ਵੀ ਜਿੱਤ ਜਾਣਾ, ਪਰ ਪਾਰਟੀ ਨਿਸ਼ਾਨ ਤੇ ਅਸੀਂ ਜਿੱਤਦੇ ਤੇ ਸਾਡੇ ਉੱਤੇ ਕੇਸ ਬਣ ਜਾਣਾ ਸੀ। ਅਕਾਲੀ ਭਾਜਪਾ ਸਰਕਾਰ ਵੇਲੇ ਤੇ ਕੇਸ ਬਣਦੇ ਸੀ, ਨਵੀਂ ਸਰਕਾਰ ਵੇਲੇ ਮੈਨੂੰ ਨੀ ਸਮਝ ਆਦੀ ਕਿ ਏਦਾਂ ਦੇ ਕੋਈ ਕੇਸ ਇਹੋ ਜਿਹੇ ਬਣਦੇ ਪਏ ਆ। ਜੇ ਡਰਪਣ ਹੁਣ ਵੀ ਆ ਤੇ ਉਹ ਕੇਸਾਂ ਜਾਤੀਆਂ ਵਾਲਾ ਕਮਿਸ਼ਨ ਬਣਿਆ ਉਹਦੇ ਕੋਲ ਚਲੇ ਜਾਣ, ਪਰ ਉਹਨਾਂ ਨੇ ਇਹ ਗੱਲ ਆਖੀ ਹੈ। ਇੱਥੇ ਜਲੰਧਰ ਦੇ ਵਿੱਚ ਵੀ 80 ਦੇ ਵਿੱਚੋਂ 46 ਹਲਕਿਆਂ ਚ ਉਹਨਾਂ ਦੇ ਕੈਂਡੀਡੇਟ ਹੈਗੇ ਆ ਤੇ 34 ਹਲਕੇ ਉਹਨਾਂ ਦੇ ਖਾਲੀ ਆ। ਜੇ 34 ਹਲਕੇ ਉਹਨਾਂ ਦੇ ਖਾਲੀ ਆ, ਪਹਿਲਾਂ ਪਤਾ ਲੱਗਾ 47 ਕੈਂਡੀਡੇਟ, ਬਾਅਦ ਚ ਪਤਾ ਲੱਗਾ ਨਹੀਂ 46 ਰਹਿ ਗਏ, 34 ਖਾਲੀ ਨੇ। ਉਹਨਾਂ 34 ਚੋਂ ਕਹਿਣ ਕਿ ਇਹ ਤਾਂ ਜੀ ਸਾਡੇ ਆ ਆਜ਼ਾਦ ਖੜੇ ਆ, ਪਰ ਅਗਲੇ ਪਾਸੇ ਆਜ਼ਾਦ ਖੜੇ ਦਿਸਣੇ ਵੀ ਚਾਹੀਦੇ ਆ। ਜੇ ਆਜ਼ਾਦ ਖੜਾ ਹੀ ਉਹ ਵਿੱਚ ਨੂੰ 150 ਵੋਟਾਂ ਪੈਣੀਆਂ ਜਾਂ 15 ਵੋਟਾਂ ਪੈਣੀਆਂ, ਉਹੋ ਜੇ ਆਜ਼ਾਦ ਨੂੰ ਹੀ ਆਪਣਾ ਕਹਿ ਕੇ ਉਹ ਚੋਂ ਖੱਟਣਗੇ ਕੀ, ਕੈਂਡੀਡੇਟ ਇਹਨਾਂ ਦੇ ਹੈ ਨੀ। ਰਹਿ ਗਈ ਗੱਲ ਅਕਾਲੀਆਂ ਦੀ, ਉਹਨਾਂ ਨੂੰ ਲੀਡਰ ਇਸ ਵੇਲੇ ਇੰਨਾ ਸਿਆਣਾ ਮਿਲਿਆ ਜਿਹਨੇ ਮੱਲਾਂਪੁਰ ਮੱਲਾਂ ਵਾਲੇ ਦਾ ਮਸਲਾ ਲੈ ਕੇ ਦਰਿਆ ਦੇ ਪੁਲ ਤੇ ਰਾਤ ਨੂੰ ਜਾ ਕੇ ਧਰਨਾ ਲਾ ਤਾ, ਐ ਰੇਸ਼ਮੀ ਰਜਾਈਆਂ ਮੰਗਵਾ ਕੇ ਉਹਦੇ ਵਿਚ ਬੈਠ ਕੇ ਸਾਲਾ ਭੂਈਆਂ ਦੋਵੇਂ ਜਾਣੇ ਰੋਟੀਆਂ ਹੱਥ ਤੇ ਫੜ ਕੇ ਏਦਾਂ ਖਾਂਦੇ ਰਹੇ ਜਿਦਾਂ ਲੰਗਰ ਦੇ ਵਿਚ ਸੜਕਾਂ ਦੇ ਕੰਢੇ ਲੋਕੀ ਖਾਂਦੇ ਹੁੰਦੇ ਆ। ਉਹ ਡਰਾਮਾ ਜਿਹਾ ਉਹਨਾਂ ਨੇ ਚੰਗਾ ਕੀਤਾ, ਪਰ ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ। ਜਦੋਂ ਚੋਣ ਕਮਿਸ਼ਨ ਨੇ ਕਹਿ ਤਾ ਕਿ ਡਿਪਟੀ ਕਮਿਸ਼ਨਰ ਤੇ SSP ਮੌਕੇ ਤੇ ਹੋਣਗੇ, ਅਬਜ਼ਰਵਰ ਅਸੀਂ ਭੇਜ ਰਹੇ ਹਾਂ ਕੋਲ ਖਲੋ ਕੇ ਨਾਮਜ਼ਦਗੀ ਕਾਗਜ਼ ਦਾਖਲ ਕਰਾਊਗਾ, ਤੇ ਇਹਨਾਂ ਨੂੰ ਬੰਦੇ ਭੇਜਣੇ ਚਾਹੀਦੇ ਸੀ। ਇਹਨਾਂ ਦਾ ਇੱਕ ਵੀ ਬੰਦਾ ਨਾ ਮੱਲਾਂ ਵਾਲੇ ਗਿਆ ਨਾ ਮਖੂ ਗਿਆ, ਬਗੈਰ ਮੁਕਾਬਲੇ ਤੋਂ ਦੋਵੇਂ ਕਮੇਟੀਆਂ ਉਹਨਾਂ ਨੂੰ ਸੌਂਪ ਦਿੱਤੀਆਂ ਨੇ। ਹੁਣ ਇਲੈਕਸ਼ਨ ਕਮਿਸ਼ਨ ਦੇ ਅਬਜ਼ਰਵਰ ਦੀ ਰਿਪੋਰਟ ਆਊਗੀ ਕਿ ਮੈਂ ਤਾਂ ਉੱਥੇ ਆ ਜੀ, ਕਾਗਜ਼ ਦਾਖਲ ਕਰਾਉਣ ਆਏ ਹੀ ਨਹੀਂ, ਉਹਦਾ ਕੀ ਜਵਾਬ ਦੇਣਗੇ। ਜਿਨ੍ਹਾਂ ਨੇ ਕੰਮ ਕਰਨਾ ਉਹ ਕਰ ਰਿਹਾ। ਮੈਂ ਅੱਜ ਪੜ੍ਹਦਾ ਪਿਆ ਸਾਂ ਕਿ ਪਟਿਆਲੇ ਦੇ ਵਿੱਚੋਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਚੋਂ ਅਕਾਲੀਆਂ ਦੀ ਇੱਕ ਉਮੀਦਵਾਰ ਬੀਬੀ ਹੈ ਕੋਈ ਹਰਪ੍ਰੀਤ ਕੌਰ, ਉਹਨੇ ਹਾਈਕੋਰਟ ਚ ਕੇਸ ਕੀਤਾ ਜੀ ਮੈਨੂੰ ਡਰ ਹੈ ਕਿ ਧੱਕੇਸ਼ਾਹੀ ਹੋਵੇਗੀ, ਮੈਨੂੰ ਆਪਣੀ ਜਾਨ ਦਾ ਵੀ ਖਤਰਾ, ਦੋ ਤਿੰਨ ਗੱਲਾਂ ਉਹਨੇ ਲਿਖੀਆਂ। ਤੇ ਉਹਨੇ ਕਿਹਾ ਜੀ ਮੈਂ ਚਾਹੁੰਦੀ ਹਾਂ ਕਿ ਅਦਾਲਤ ਦਖਲ ਦੇਵੇ। ਅਦਾਲਤ ਨੇ ਆਖਿਆ ਹੋਰ ਕੋਈ ਦਖਲ ਅਸੀਂ ਦੇ ਨਹੀਂ ਸਕਦੇ, ਪਰ ਜੇ ਤੈਨੂੰ ਕੋਈ ਖਤਰਾ ਤੇ ਉਹਦਾ ਇੱਕੋ ਹੀ ਹੈ ਕਿ ਉਹਨੂੰ ਪੁਲਿਸ ਨੂੰ ਕਹਿਤਾ ਦੇ ਖਤਰੇ ਬਾਰੇ ਪਤਾ ਕਰੋ, ਤੇ ਦੂਜਾ ਇਲੈਕਸ਼ਨ ਕਮਿਸ਼ਨ ਨੂੰ ਕਹਿਤਾ ਕਿ ਇਹਦੇ ਵਾਲੇ ਵਾਰਡ ਦੇ ਵਿਚ ਮੁਕੰਮਲ ਵੀਡੀਓਗ੍ਰਾਫੀ ਕਰਾ ਦਿਓ, ਸਾਰੀ ਪ੍ਰਕਿਰਿਆ ਜਿਹੜੀ ਆ ਵੀਡੀਓਗ੍ਰਾਫੀ ਵਾਲੀ ਹੋਵੇ ਤਾਂ ਕਿ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਸ਼ੱਕ ਨਾ ਰਵੇ। ਹੁਣ ਉਸ ਵੀਡੀਓਗ੍ਰਾਫੀ ਵਾਲੇ ਚੱਕਰ ਦੇ ਵਿਚ ਜੇ ਉਹ ਬੀਬੀ ਪੈ ਸਕਦੀ ਹੈ, ਹਾਈਕੋਰਟ ਤੋਂ ਆਰਡਰ ਲਿਆ ਸਕਦੀ ਹੈ ਤੇ ਬਾਕੀ ਥਾਵਾਂ ਤੇ ਵੀ ਆ ਸਕਦੇ ਸੀ। ਬਾਦਲ ਪਿਓ ਪੁੱਤ ਨੇ ਪਤਾ ਨੀ ਆਪਣੇ ਬੰਦਿਆਂ ਨੂੰ ਇਹ ਸਲਾਹ ਨਹੀਂ ਦਿੱਤੀ, ਜੇ ਦਿੰਦੇ ਤੇ ਕਈਆਂ ਥਾਵਾਂ ਤੋਂ ਆ ਸਕਦੇ ਸੀ, ਤੇ ਜੇ ਇਸ ਤਰ੍ਹਾਂ ਦੇ 10-12-15 ਥਾਵਾਂ ਦੇ ਉਮੀਦਵਾਰ ਆਰਡਰ ਲੈ ਕੇ ਹਾਈਕੋਰਟ ਚੋਂ ਆ ਜਾਂਦੇ ਤੇ ਸਾਰੇ ਹਿੰਦੁਸਤਾਨ ਚ ਰੌਲਾ ਪੈ ਜਾਣਾ ਸੀ ਕਿ ਪੰਜਾਬ ਦੇ ਵਿਚ ਰਿਗਿੰਗ ਹੋਦੀ ਹੈ, ਜੇ ਵੋ, ਏਦਾਂ ਦਾ ਕੋਈ ਖਾਸ ਰੌਲਾ ਨਹੀਂ ਪੈ ਸਕਿਆ ਜੀ। ਕਹਿੰਦੇ ਕਿ ਉੱਥੇ ਕਰਮਾਂ ਦੇ ਹੋਣਗੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ।
ਹੁਣ ਇਹ ਕੰਮ ਹੈ ਜਿਹੜਾ ਜੀ ਹਾਈ ਕੋਰਟ ਨੇ ਕਹਿਤਾ ਕਿ ਪੁਲਿਸ ਵਾਲੇ ਕਿਸੇ ਦੀ ਜਾਤ ਨਹੀਂ ਪੁੱਛ ਸਕਣਗੇ, ਕਾਲਮ ਖਤਮ ਕਰਨਾ ਪਊ। ਅੰਗਰੇਜ਼ਾਂ ਦੇ ਵੇਲੇ ਤੋਂ ਇਹ ਕਲਮ ਚੱਲਦਾ ਪਿਆ ਸੀਗਾ, ਪਤਾ ਨਹੀਂ ਕਿਉਂ ਉਹਨਾਂ ਨੇ ਇੱਥੇ ਆ ਕੇ ਸ਼ੁਰੂ ਕੀਤਾ। ਅਸਲ 'ਚ ਅੰਗਰੇਜ਼ਾਂ ਨੇ ਜਦੋਂ 1882 'ਚ ਉਹਨਾਂ ਦੇ ਅੰਬਾਲਾ ਡਿਵੀਜ਼ਨ ਦੇ ਕਮਿਸ਼ਨਰ ਨੇ ਇੱਕ ਕਿਤਾਬ ਲਿਖੀ ਕਾਸਟ ਐਂਡ ਟ੍ਰਾਈਬਸ, ਉਹ ਬਾਅਦ ਵਿੱਚ ਕਿਤਾਬ ਬਣ ਗਈ, ਅਸਲ ਵਿੱਚ ਤਾਂ ਉਹਦੀ ਹੈਂਡਬੁੱਕ ਸੀ। ਮਿਹਨਤ ਉਹਨੇ ਬਹੁਤ ਕੀਤੀ, ਜਾਤਾਂ ਗੋਤਾਂ ਤੱਕ ਬਾਰੇ ਉਹਨੇ ਲਿਖਿਆ ਸੀ ਕਿ ਫਲਾਣੀ ਗੋਤ ਦੇ ਲੋਕ ਜਿਹੜੇ ਕ੍ਰਿਮੀਨਲ ਨੇਚਰ ਨੇ, ਇਹ ਅਪਰਾਧ ਕਰ ਸਕਦੇ। ਉਹਦੇ ਬੇਸ ਤੇ ਉਦੋਂ ਨਵੇਂ ਨਵੇਂ ਥਾਣੇ ਕਾਇਮ ਹੋਏ ਸੀ, ਥਾਣਿਆਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਹਰ ਕਿਸੇ ਦੇ ਨਾਂ ਨਾਲ ਉਹਦੀ ਜਾਤ ਲਿਖਣੀ ਆ। ਤੇ ਅੱਗੋਂ ਪੁਲਿਸ ਨੂੰ ਕੌਮ ਦਾ ਨਹੀਂ ਸੀ ਪਤਾ, ਕੌਮ ਤਾਂ ਹੁੰਦੀ ਹੈ ਨੇਸ਼ਨ, ਇੱਥੇ ਪੁਲਿਸ ਦੇ ਕਾਗਜ਼ਾਂ ਚ ਲਿਖਿਆ ਜਾਂਦਾ ਸੰਤਾ ਸਿੰਘ ਪੁੱਤਰ ਗਿਆਨ ਸਿੰਘ ਕੌਮ ਜੱਟ, ਜਨਕ ਰਾਜ ਪੁੱਤਰ ਤਿਲਕ ਰਾਜ ਕੌਮ ਖੱਤਰੀ, ਏਦਾਂ ਸਾਰੇ ਦੇ ਨਾਂ ਨਾਲ ਲਿਖਿਆ ਜਾਂਦਾ। ਇਹ ਜਾਤਾਂ ਹੁੰਦੀਆਂ ਨੇ, ਕੌਮ ਨਹੀਂ ਹੁੰਦੀ, ਪਰ ਇਹ ਅਜੇ ਤੱਕ ਵੀ ਲਿਖੀ ਜਾ ਰਹੀ ਹੈ। ਉਹ ਕਹਿੰਦੇ ਜੀ ਉਦੋਂ ਇਹਦਾ ਪੁਣ ਛਾਣ ਕਰਕੇ ਤੇ ਲੱਭਣਾ ਬੜਾ ਸੌਖਾ ਹੁੰਦਾ, ਇਹ ਫਲਾਨੀ ਜਾਤ ਦਾ ਬੰਦਾ, ਉਹ ਜਾਤ ਦੇ ਦੱਸ ਵੀ ਘਰ ਹੁੰਦੇ ਸੀ। ਜਦੋਂ ਅਸੀਂ ਰਪਟੀਏ ਨੂੰ ਕਹਿੰਦੇ ਸਾਂ ਕਿ ਤੂੰ ਲੱਭ ਕੇ ਦੱਸ ਆ ਬੰਦਾ ਕਿਹੜਾ, ਤੇ ਉਹ ਦਸਾਂ ਘਰਾਂ ਚੋਂ ਫੱਟ ਕਹਿੰਦਾ ਸੀ ਫਲਾਨਾ। ਇਹ ਰਪਟੀਆ ਲਫ਼ਜ਼ ਵੀ ਅਸਲ ਚ ਰਪਟੀਆ ਨੀ, ਰਿਪੋਰਟਰ ਹੈ। ਇਹਨਾਂ ਨੇ ਪੁਲਿਸ ਵਾਲਿਆਂ ਨੇ ਆ ਕੇ ਪਿੰਡਾਂ ਦੇ ਵਿਚ ਜਿਹੜੇ ਚੌਕੀਦਾਰ ਰੱਖੇ ਉਹ ਇਹਨਾਂ ਦੇ ਮੁਖਬਰ ਸਨ, ਰਿਪੋਰਟਰ ਸਨ, ਜਿਨ੍ਹਾਂ ਦਾ ਕੰਮ ਥਾਣੇ ਚ ਵੇਲੇ ਕੋਲੇ ਇਤਲਾਹ ਦੇਣਾ ਸੀ। ਉਹ ਰਿਪੋਰਟ ਨੂੰ ਰਪਟ ਕਹਿੰਦੇ ਸੀ, ਤੇ ਜਿਹੜਾ ਮਤਲਬ ਇਸ ਕੰਮ ਵਾਸਤੇ ਪਿੰਡ ਚ ਰੱਖਿਆ ਹੋਵੇ ਉਹਨੂੰ ਰਪਟ ਨੂੰ ਰਪਟੀਆ ਕਹਿੰਦੇ ਹੁੰਦੇ ਸੀ। ਉਹਨਾਂ ਵਾਸਤੇ ਇਹ ਸੌਖ ਕੀਤੀ ਗਈ ਸੀ ਕਿ ਜਾਤਾਂ ਦੇ ਆਧਾਰ ਤੇ ਵੱਡੇ ਪਿੰਡ ਚੋਂ ਬੰਦਾ ਝੱਟ ਲੱਭ ਜਾਣ। ਹੁਣ ਜਦੋਂ ਸ਼ਹਿਰਾਂ ਵਾਂਗ ਪਿੰਡਾਂ ਦੇ ਵਿਚ ਵੀ ਹਰ ਘਰ ਦੇ ਉੱਤੇ ਮਕਾਨ ਨੰਬਰ ਲਿਖਿਆ ਗਿਆ, ਜਿਹਨਾਂ ਨੂੰ ਮਕਾਨ ਨੰਬਰ ਲਿਖਣੇ ਚਾਹੀਦੇ, ਜਾਤਾਂ ਕਿਉਂ ਲਿਖਦੇ ਪਏ? HC ਅਰੋੜਾ ਵਕੀਲ ਹੈ ਜਿਹੜਾ ਇਹੋ ਜਿਹੇ ਪਬਲਿਕ ਇੰਟਰਸਟ ਦੇ ਮਸਲੇ ਹਾਈ ਕੋਰਟ ਚ ਲੈ ਕੇ ਜਾਂਦਾ, ਪਟੀਸ਼ਨਾਂ ਬਹੁਤ ਦਰਜ ਕਰਾਉਂਦਾ। ਉਹਨੇ ਦਰਜ ਕਰਾਈ ਜੀ 21ਵੀਂ ਸਦੀ ਵਿਚ ਵੀ ਲੋਕਾਂ ਦੇ ਨਾਵਾਂ ਨਾਲ ਜਾਤਾਂ ਲਿਖੀਆਂ ਜਾ ਰਹੀਆਂ ਨੇ, ਇਹ ਕਿਉਂ ਲਿਖੀਆਂ ਜਾ ਰਹੀਆਂ? ਇਹਦੇ ਉੱਤੇ ਫਿਰ ਹਾਈ ਕੋਰਟ ਨੇ ਆਰਡਰ ਜਾਰੀ ਕੀਤਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਜਿਹੜੇ ਇਸ ਹਾਈ ਕੋਰਟ ਦੇ ਜੁਰਿਸਡਿਕਸ਼ਨ ਚ ਆਉਂਦੇ ਆ, ਉਹ ਤਿੰਨੇ ਆਪੋ ਆਪਣਾ ਜਵਾਬ ਫਾਈਲ ਕਰਨ। ਸਭ ਤੋਂ ਪਹਿਲਾਂ ਹਰਿਆਣੇ ਨੇ ਆਖਿਆ ਕਿ ਅਸੀਂ ਇਸ ਗੱਲ ਲਈ ਤਿਆਰ ਹੈ ਕਿ ਭਾਵੇਂ ਕੋਈ ਸ਼ਿਕਾਇਤੀ ਹੋਵੇ ਤੇ ਭਾਵੇਂ ਕੋਈ ਦੋਸ਼ੀ ਹੋਵੇ, ਉਹਨਾਂ ਦੇ ਨਾਵਾਂ ਨਾਲ ਹੁਣ ਜਾਤ ਨਾ ਲਿਖੀ ਜਾਵੇ, ਉਹਦੇ ਤੋਂ ਬਗੈਰ ਸਰ ਸਕਦਾ ਜਾਤ ਲਿਖਣ ਤੋਂ ਬਗੈਰ, ਤੇ ਮੰਨੀ ਗਈ ਗੱਲ। ਉਹਦੇ ਬਾਅਦ ਪੰਜਾਬ ਸਰਕਾਰ ਨੇ ਵੀ ਕਹਿਤਾ ਕਿ ਅਸੀਂ ਵੀ ਇਸ ਗੱਲ ਲਈ ਸਹਿਮਤ ਹੈ ਕਿ ਇਹ ਕਾਲਮ ਜਿਹੜਾ ਜਾਤ ਵਾਲਾ ਹੁਣ ਚੁੱਕ ਕਰ ਦੇਣਾ ਚਾਹੀਦਾ। ਤੇ ਚੰਡੀਗੜ੍ਹ UT ਜਿਹੜੀ ਹੈ ਉਹ ਜਾਂ ਹਰਿਆਣੇ ਦੀ ਹੈ ਜਾਂ ਪੰਜਾਬ ਦੀ, ਉੱਥੇ ਕੋਈ ਤੀਸਰਾ ਤੇ ਹੈ ਹੀ ਨਹੀਂ। ਤੇ UT ਵਾਲਿਆਂ ਆਖਿਆ ਜੀ ਜਦੋਂ ਹਰਿਆਣਾ ਤੇ ਪੰਜਾਬ ਦੋਵੇਂ ਇਸ ਗੱਲ ਲਈ ਸਹਿਮਤ ਹੈ ਤੇ ਤੁਸੀਂ ਸਮਝ ਲਓ ਕਿ ਅਸੀਂ ਵੀ ਸਹਿਮਤ ਹਾਂ, ਉਹ ਵੀ ਇਸ ਗੱਲ ਵਾਸਤੇ ਮੰਨ ਗਏ। ਇਹਨਾਂ ਤਿੰਨਾਂ ਦੇ ਮੰਨ ਜਾਣ ਤੋਂ ਬਾਅਦ ਹੁਣ ਸਿਰਫ ਹਾਈ ਕੋਰਟ ਦਾ ਆਰਡਰ ਜਾਰੀ ਹੋਣਾ ਰਹਿ ਗਿਆ। ਅੱਗੇ ਤੋਂ ਲੋਕਾਂ ਦੇ ਇਹੋ ਜਿਹੀਆਂ ਸ਼ਿਕਾਇਤਾਂ, ਇਹੋ ਜਿਹੀਆਂ ਸਾਰੀਆਂ ਰਿਪੋਰਟਾਂ ਦੇ ਨਾਲ ਫਿਰ ਜਾਤ ਨਹੀਂ ਲਿਖੀ ਜਾਇਆ ਕਰੇਗੀ, ਉਹਦੇ ਤੋਂ ਬਗੈਰ ਮਕਾਨ ਨੰਬਰ ਜਾਂ ਹੋਰ ਗਿਣਤੀਆਂ ਮਿਣਤੀਆਂ ਦੇ ਕੇ ਉਹਦੀ ID ਜਿਹੜੀ ਹੈ ਉਹ ਕਲੀਅਰ ਕੀਤੀ ਜਾਵੇਗੀ ਜੀ। ਤੇ ਹਾਈਕੋਰਟ ਦਾ ਇੱਕ ਹੋਰ ਫੈਸਲਾ ਵੀ ਆ ਗਿਆ ਜੀ ਕਿ ਧਰਨਿਆਂ ਦੇ ਵਾਸਤੇ ਕਹਿੰਦੇ ਕੋਈ ਥਾਂ ਪੱਕੀ ਕਾਹਤੋਂ ਨਹੀਂ ਨਿਸ਼ਚਿਤ ਕਰ ਲੈਂਦੇ, ਕਦੇ ਪੁਲ ਰੋਕ ਲਿਆ ਤੇ ਕਦੇ ਪਹੀ ਰੋਕ ਲਈ। ਕਈ ਇਹੋ ਜਿਹੀ ਗੱਲਾਂ ਨਵੀਆਂ ਹੋ ਰਹੀਆਂ ਜਿਹੜੀਆਂ ਪਹਿਲਾਂ ਨਹੀਂ ਸੀ। ਦਿੱਲੀ ਦੇ ਵਿੱਚ ਇੱਕ ਜੰਤਰ ਮੰਤਰ ਹੈ, ਇਸ ਤੋਂ ਪਹਿਲਾਂ ਇਹ ਰਿਵਾਜ ਹੁੰਦਾ ਸੀ ਕਿ ਦਿੱਲੀ ਜਿੱਥੇ ਇੰਡੀਆ ਗੇਟ ਹੈ ਉਹਦੇ ਪਿਛਲੇ ਪਾਸੇ ਲੰਬਾ ਚੌੜਾ ਏਰੀਆ, ਉਹਨੂੰ ਬੋਟ ਕਲੱਬ ਕਹਿੰਦੇ, ਉੱਥੇ ਧਰਨੇ ਲੱਗੇ ਹੁੰਦੇ ਸੀ। ਫਿਰ ਵਿਗੜੇ ਹਾਲਾਤ ਦੇ ਵਿੱਚ ਉੱਥੋਂ ਧਰਨੇ ਚੁਕਾ ਦਿੱਤੇ ਗਏ ਤੇ ਆਖਿਆ ਗਿਆ ਜਿਨ੍ਹਾਂ ਨੇ ਧਰਨੇ ਲਾਉਣੇ ਆ ਸਰਕਾਰ ਦੇ ਖਿਲਾਫ਼ ਕੁਛ ਵੀ ਕਰਨਾ ਉਹ ਜੰਤਰ ਮੰਤਰ ਤੇ ਬੈਠ ਜਾਣ ਤੇ ਉੱਥੇ ਬੈਠਣ ਲੱਗ ਪਏ। ਪਿਛਲੇ ਸਾਲ ਜਦੋਂ ਸਾਬਕਾ ਫੌਜੀਆਂ ਨੇ 1 rank 1 pension ਦੇ ਮੁੱਦੇ ਨੂੰ ਲੈ ਕੇ ਧਰਨਾ ਲਾਇਆ ਸੀ, ਉਸ ਤੋਂ ਪਹਿਲਾਂ ਅੰਨਾ ਹਜ਼ਾਰੇ ਦਾ ਧਰਨਾ ਵੀ ਉੱਥੇ ਰਿਹਾ ਸੀ। ਉਹਨਾਂ ਤੇ ਸਰਕਾਰ ਦੀ ਕਾਫ਼ੀ ਬੇਇੱਜ਼ਤੀ ਹੋਈ ਸੀ। ਮੁੜ ਕੇ 3-4 ਮਹੀਨੇ ਪਹਿਲਾਂ ਦੀ ਗੱਲ ਹੈ, ਸ਼ਾਇਦ 15 ਅਗਸਤ ਦੇ ਨੇੜੇ ਉਹਨਾਂ ਤੋਂ ਉਹ ਧਰਨੇ ਸਾਰੇ ਖਾਲੀ ਕਰਾ ਲਏ ਗਏ ਤੇ ਆਖਿਆ ਜੀ ਜੰਤਰ ਮੰਤਰ ਚ ਹੁਣ ਕਿਸੇ ਨੂੰ ਬੈਠਣ ਨਹੀਂ ਦੇਣਾ। ਉਹਨਾਂ ਨੂੰ ਨਵੀਂ ਥਾਂ ਕੋਈ ਬਦਲ ਵੀ ਦਿੰਦੇ ਪਏ ਕਿਉਂਕਿ ਜੰਤਰ ਮੰਤਰ ਦੇ ਨੇੜਲੇ ਲੋਕ ਜਿਨ੍ਹਾਂ ਦੇ ਕਾਰੋਬਾਰ ਹੈ, ਜਿਨ੍ਹਾਂ ਦੇ ਹੋਟਲ ਹੈ, ਉਹ ਇਤਰਾਜ ਕਰਦੇ ਸੀ ਕਿ ਸਾਡਾ ਕੰਮ ਖਰਾਬ ਹੁੰਦਾ। ਇਹਦੇ ਦੌਰਾਨ ਪੰਜਾਬ ਦੇ ਵਿਚ ਜਿਹੜੀ ਗੱਲ ਅਸੀਂ ਹੁਣੇ ਕਰਦੇ ਹਟੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਧਰਨਿਆਂ ਦੀ ਗੱਲ ਸਾਹਮਣੇ ਆ ਗਈ।
ਉਦੋਂ ਪਹਿਲਾਂ ਬੇਅਦਬੀ ਕਾਂਡ ਵੇਲੇ ਵੀ ਪੁਲ ਰੋਕੇ ਗਏ ਸੀ। ਕਿਸਾਨਾਂ ਨੇ ਵੀ ਕਈ ਵਾਰੀ ਰੇਲਾਂ ਤੇ ਪੁਲ ਰੋਕੇ, ਉਹ ਕਹਿੰਦੇ ਸਾਡਾ ਵੀ ਧਰਨਾ। ਹੁਣ ਹਾਈ ਕੋਰਟ ਨੇ ਇਹਦਾ ਨੋਟਿਸ ਲੈ ਕੇ ਕਹਿਤਾ ਕਿ ਪੰਜਾਬ ਸਰਕਾਰ ਆਪਣੇ ਇਲਾਕੇ ਦੇ ਵਿਚ, ਹਰਿਆਣੇ ਵਾਲੇ ਵੀ, ਸਭ ਥਾਵਾਂ ਦੇ ਉੱਤੇ ਇਹ ਤੈਅ ਕਰਨ ਕਿ ਧਰਨੇ ਮਾਰਨ ਵਾਲੇ ਲੋਕ ਕਿੱਥੇ ਧਰਨਾ ਮਾਰਨਗੇ, ਕੋਈ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਵੇ। ਔਰ ਉਹ ਕੱਲਾ ਸੂਬਾ ਪੱਧਰ ਤੇ ਨਹੀਂ, ਜ਼ਿਲ੍ਹਿਆਂ ਦੇ ਵਿਚ ਵੀ, ਹਰ ਜ਼ਿਲ੍ਹਾ ਕੇਂਦਰ ਦੇ ਵਿਚ ਇਹੋ ਜਿਹੀ ਜਗ੍ਹਾ ਜਿਹੜੀ ਹੈ ਉਹ ਡਿਕਲੇਅਰ ਕਰ ਦਿੱਤੀ ਜਾਵੇ ਕਿ ਜਿਹਨੇ ਕਿਸੇ ਨੇ ਧਰਨਾ ਮਾਰਨਾ ਫਲਾਣੇ ਥਾਂ ਤੇ ਜਾ ਕੇ ਬੈਠ ਜਾਓ। ਮੈਂ ਸੁਖਨੈਬ ਜੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਲੰਡਨ ਦੇ ਵਿਚ ਜਿੱਥੇ ਮਹਾਰਾਣੀ ਦਾ ਬਕਿੰਗਮ ਪੈਲਸ ਹੈ, ਉਹਦੇ ਨੇੜੇ ਹੀ ਇੱਕ ਥਾਂ ਦੇ ਉੱਤੇ 10 ਡਾਊਨਿੰਗ ਸਟਰੀਟ ਉਹਨਾਂ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ। ਉਹਦੇ ਤੋਂ 500 ਗਜ਼ ਦੇ ਉੱਤੇ ਮਹਾਰਾਣੀ ਦੇ ਪੈਲਸ ਤੋਂ ਮਸਾ 500-700 ਗਜ਼ ਦੇ ਫਾਸਲੇ ਤੇ ਇੱਕ ਬਹੁਤ ਵੱਡੀ ਝੀਲ ਹੈ, ਉਹਨੂੰ ਸਰਪਨਟਾਈਨ ਲੇਕ ਕਹਿੰਦੇ ਆ। ਉਸ ਵੱਡੀ ਲੰਬੀ ਚੌੜੀ ਝੀਲ ਦੇ ਨਾਲ ਨਾਲ ਇੱਕ ਹਾਈਡ ਪਾਰਕ ਹੈ ਉੱਥੇ। ਉਸ ਹਾਈਡ ਪਾਰਕ ਦੇ ਵਿਚ ਇੱਕ ਕਾਰਨਰ ਇਹੋ ਜਿਹਾ ਜਿਹਨੂੰ ਫ੍ਰੀ ਸਪੀਚ ਕਾਰਨਰ ਕਹਿੰਦੇ ਆ, ਉੱਥੇ ਜਾ ਕੇ ਲੋਕੀ ਧਰਨੇ ਵੀ ਲਾਉਂਦੇ ਆ, ਸਰਕਾਰ ਦੇ ਖਿਲਾਫ਼ ਬੈਨਰ ਵੀ ਲਹਿਰਾਉਂਦੇ ਆ ਤੇ ਤਕਰੀਰਾਂ ਵੀ। ਉਹ ਜਿਹੜਾ ਫ੍ਰੀ ਸਪੀਚ ਕਾਰਨਰ ਹੈ ਉੱਥੇ ਖਲੋ ਕੇ ਕੋਈ ਕਿਸੇ ਕਿਸਮ ਦੀ ਗੱਲ ਕੁਛ ਵੀ ਕਰ ਸਕਦਾ ਤੇ ਉਹਨੂੰ ਨਾ ਪੁਲਿਸ ਰੋਕਦੀ ਨਾ ਕੋਈ ਦੂਸਰਾ ਰੋਕਦਾ। ਕਈ ਵਾਰੀ ਲੋਕੀ ਉੱਥੇ ਖਲੋ ਕੇ ਸਰਕਾਰ ਨੂੰ ਜਾਂ ਸਰਕਾਰ ਦੇ ਮੁਖੀ ਜਾਂ ਕਿਸੇ ਹੋਰ ਨੂੰ ਗੰਦੀਆਂ ਗਾਲਾਂ ਵੀ ਕੱਢਦੇ ਆ, ਔਰ ਉੱਥੇ ਪੁਲਿਸ ਸਾਹਮਣੇ ਖਲੋਤੀ ਦੀ ਪੁਲਿਸ ਰੋਕ ਨਹੀਂ ਸਕਦੀ ਕਿਉਂਕਿ ਉਹ ਫ੍ਰੀ ਸਪੀਚ ਕਾਰਨਰ ਹੈ। ਇੱਥੋਂ ਦੇ ਕਾਰਨਰ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਅਸੀਂ ਗਾਲਾਂ ਨੂੰ ਪ੍ਰਮੋਟ ਕਰੀਏ ਭਾਰਤ ਵਿਚ, ਪਰ ਭਾਰਤ ਵਿਚ ਡੈਮੋਕਰੇਸੀ ਹੈਗੀ ਆ, ਇੱਥੇ ਵੀ ਲੋਕਾਂ ਨੂੰ ਕੋਈ ਨਾ ਕੋਈ ਥਾਂ ਇਹੋ ਜਿਹੀ ਮਿਲਣੀ ਚਾਹੀਦੀ ਹੈ ਜਿੱਥੇ ਜਾ ਕੇ ਤੇ ਉਹ ਆਪਣੇ ਮਨ ਦਾ ਗਵਾਰ ਕੱਢ ਸਕਣ, ਧਰਨਾ ਲਾ ਸਕਣ, ਪ੍ਰੋਟੈਸਟ ਕਰ ਸਕਣ ਤੇ ਉਹਨਾਂ ਦਾ ਪ੍ਰੋਟੈਸਟ ਨੋਟ ਕੀਤਾ ਜਾਂਦਾ ਹੋਵੇ। ਜਦੋਂ ਇਹੋ ਜਿਹੀ ਥਾਂ ਮਿੱਥੀ ਹੋਵੇ ਉੱਥੇ ਰੋਜ਼ ਮੀਡੀਆ ਵਾਲੇ ਵੀ ਗੇੜਾ ਮਾਰਨਗੇ ਤੇ ਵੇਖਣਗੇ ਕਿ ਅੱਜ ਕੌਣ ਕੌਣ ਧਰਨੇ ਤੇ ਬੈਠੇ ਆ ਤੇ ਉਹ ਕੀ ਕਹਿੰਦੇ ਆ। ਉਹਨਾਂ ਦੀ ਗੱਲ ਰੋਜ਼ ਦੀ ਰੋਜ਼ ਪ੍ਰੈਸ ਵਿਚ ਵੀ ਜਾਵੇਗੀ, ਪਬਲਿਕ ਤੱਕ ਵੀ ਪਹੁੰਚੇਗੀ, ਉਹਨਾਂ ਦਾ ਚੀਖ ਝਾੜਾ ਜਿਹੜਾ ਅਕਾਰਥ ਨਹੀਂ ਜਾਵੇਗਾ। ਇਹ ਗੱਲ ਹੋ ਸਕਦੀ ਹੈ, ਜੇ ਕਰਨੀ ਵੀ ਚਾਹੀਦੀ ਹੈ। ਹੁਣ ਇਹਦੇ ਚ ਜਿਹੜਾ ਕੋਰਟ ਨੇ ਡਾਇਰੈਕਟਰ ਦਿੱਤਾ ਨਾ ਕਿ ਤੁਸੀਂ ਇਹਦੇ ਚ ਵਿਚਾਰ ਕਰਕੇ ਸਾਨੂੰ ਦੱਸੋ ਕਿਹੋ ਜਿਹਾ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹਦੇ ਤੇ ਪੰਜਾਬ ਸਰਕਾਰ ਨੂੰ ਵੀ, ਹਰਿਆਣਾ ਸਰਕਾਰ ਨੂੰ ਵੀ, ਇਹਨਾਂ ਸਾਰਿਆਂ ਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ। ਜੀ ਬਿਲਕੁਲ, ਤੁਸੀਂ ਬੜੀ ਵਧੀਆ ਗੱਲ ਕਹੀ ਜੀ, ਵਿਚਾਰ ਕਰ ਲੈਣੀ ਚਾਹੀਦੀ ਹੈ, ਪਰ ਕਰੂ ਕੌਣ। ਪੰਨੂ ਸਾਹਿਬ, ਤੁਸੀਂ ਜੰਤਰ ਮੰਤਰ ਦੀ ਗੱਲ ਕੀਤੀ ਸੀ, ਥੋੜਾ ਜਿਹਾ ਉਹਦੇ ਤੇ ਚਾਨਣਾ ਪਾਇਓ। ਅਸਲ ਦੇ ਵਿਚ ਉਹ ਹੈ ਕੀ ਚੀਜ਼, ਕਿਉਂਕਿ ਦੇਖ ਕੇ ਤਾਂ ਦੋ ਘਰੀ ਮੈਂ ਵੀ ਆਇਆ, ਮੇਰੇ ਸਮਝ ਨਹੀਂ ਆਈ ਗੱਲ। ਉਹਨੂੰ ਸਮਝਣ ਵਾਸਤੇ ਥੋੜਾ ਜ਼ੋਰ ਲਾਉਣਾ ਪੈਣਾ। ਉਹ ਅਸਲ ਵਿਚ ਸਿਧਾਂਤਕ ਤੌਰ ਦੇ ਉੱਤੇ ਕਿਹੋ ਜਿਹੀ ਚੀਜ਼ ਬਣਾਈ ਗਈ ਹੈ ਜਿਹਦੇ ਨਾਲ ਸਾਡੀ ਟਾਈਮ ਵਾਲੀ ਘੜੀ ਵੀ, ਕੁਛ ਹੋਰ ਚੀਜ਼ਾਂ ਵੀ, ਪੁਰਾਣੀ ਸਾਇੰਸ ਦੇ ਪੱਖ ਤੋਂ ਕਾਫੀ ਵਧੀਆ ਦਿਲ ਖਿੱਚਵੀਂ ਚੀਜ਼। ਮੈਂ ਆਪ ਅਜੇ ਤੱਕ ਨਹੀਂ ਵੇਖਿਆ, ਮੈਂ ਉਹਦੀਆਂ ਰਿਪੋਰਟਾਂ ਪੜ੍ਹੀਆਂ ਨੇ, ਇਸ ਕਰਕੇ ਮੈਂ ਬਹੁਤਾ ਨਹੀਂ ਦੱਸ ਦੂੰਗਾ। ਪਰ ਸਾਡੇ ਕੋਲ ਕਈ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਜਿਹੜੀ ਲੇਟੈਸਟ ਟੈਕਨੋਲੋਜੀ ਦੁਨੀਆ ਕੋਲ ਹੈ ਉਹਦੇ ਤੋਂ ਪਹਿਲਾਂ ਦੇਸੀ ਟੈਕਨੀਕ ਦੇ ਵਿਚ ਸਾਡੇ ਕੋਲ ਹੈਗੀਆਂ ਸਨ, ਅਸੀਂ ਉਹਨਾਂ ਨੂੰ ਸੰਭਾਲ ਕੇ ਨਹੀਂ ਰੱਖ ਸਕੇ। ਹੁਣ ਮਿਸਾਲ ਦੇ ਤੌਰ ਤੇ ਸਾਡਾ ਆਰੀਆ ਭੱਟ, ਸਾਡਾ ਵਰਾਹ ਮੇਹਰ, ਸਾਡਾ ਭਾਸਕਰ ਜਿਹੜੇ ਸਾਇੰਟਿਸਟ ਹੋਏ ਆ, ਟੈਲੀਸਕੋਪ ਤੇ ਜਾ ਕੇ ਬਣਦੀ 17ਵੀਂ ਸਦੀ ਚ, ਇਹਨਾਂ ਨੇ ਉਸ ਤੋਂ ਬਹੁਤ ਪਹਿਲਾਂ ਆ ਤਾਰਿਆਂ ਦਾ ਗਿਆਨ ਕਿੱਦਾਂ ਹਾਸਲ ਕਰ ਲਿਆ। ਸਾਰੀ ਸਾਰੀ ਰਾਤ ਉੱਚਿਆਂ ਥਿਆਂ ਦੇ ਉੱਤੇ ਲੰਮੇ ਪੈ ਕੇ ਤਾਰਿਆਂ ਵੱਲ ਹੀ ਵੇਖੀ ਜਾਂਦੇ ਸੀ ਕਿ ਆ ਤਾਰਾ ਇਧਰੋਂ ਇੰਨੇ ਪਾਸੇ ਨੂੰ ਜਾਂਦਾ, ਇਧਰੋਂ ਇੰਨੇ ਪਾਸੇ ਨੂੰ ਜਾਂਦਾ। ਸਾਡਾ ਜਿਹੜਾ ਟਾਈਮ ਸਕੇਲ ਸੀ ਉਹਨੂੰ ਅਸੀਂ ਪੰਜਾਬੀ ਤੇ ਹਿੰਦੀ ਚ ਕਾਲ ਪ੍ਰਮਾਣ ਕਹਿੰਦੇ ਹਾਂ। ਟਾਈਮ ਨੂੰ ਮਿਣਨ ਦਾ ਸਾਡਾ ਮੇਜਰਮੈਂਟ ਦਾ ਜਿਹੜਾ ਫਾਰਮੂਲਾ ਸੀ ਉਹ ਕੀ ਸੀਗਾ, ਅਸੀਂ ਗੁਰਬਾਣੀ ਚ ਪੜ੍ਹਦੇ ਹਾਂ, ਵਿਸਵੇ ਚੱਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋਆ, ਨਾਨਕ ਕਰਤੇ ਕਿਸੇ ਵੇਸ, ਨਾਨਕ ਕਰਤੇ ਕਿਸੇ ਕਿਤੇ ਵੇਸ ਵਾਲਾ, ਉਹਦੇ ਜਦੋਂ ਅਸੀਂ ਵਿਸਵੇ ਚੱਸਿਆ ਘੜੀਆਂ ਪਹਿਰਾ ਥਿੱਤੀ ਵਾ, ਇਹਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਵਿਸਿਆ ਹੁੰਦਾ ਜਦੋਂ ਅਸੀਂ ਪਲਕ ਝਮਕਦੇ ਹਾਂ ਅੱਖਾਂ ਦੀ, ਉਹਦੇ ਚ 15 ਵਿਸੇ ਦਾ ਚੱਸਾ, 15 ਚੱਸੇ ਦਾ ਇੱਦਾਂ ਪਲ, ਇੱਦਾਂ ਕਈ ਕੁਛ ਆ ਜਿਹੜੇ ਨਾ ਬਣਦੇ ਜਾਂਦੇ ਆ, ਤੇ ਤੁਰਦਿਆਂ ਤੁਰਦਿਆਂ ਫਿਰ ਘੜੀਆਂ ਤੋਂ ਅੱਗੇ ਪੈਰ ਤੇ ਅੱਠਾਂ ਪਹਿਰਾਂ ਦਾ ਫਿਰ ਦਿਨ ਰਾਤ, ਪਹਿਰਾ ਥਿੱਤੀ ਵਾਰੀ ਮਾਹ, ਥਿੱਤੀ ਪਹਿਰਾਂ ਤੋਂ ਅੱਠਾਂ ਪਹਿਰਾਂ ਤੋਂ ਫਿਰ ਇੱਕ ਥਿੱਤ ਬਣੇਗਾ, ਯਾਨੀ ਕਿ 24 ਘੰਟੇ, ਥਿੱਤ ਤੋਂ ਬਾਅਦ ਵਾਰ ਬਣਗੇ,
ਵਾਰ ਤੋਂ ਬਾਅਦ ਮਾਹ ਮਹੀਨਾ ਬਣੇਗਾ। ਇਹ ਸਾਰਾ ਕੁਝ ਸਾਡਾ ਸਿਸਟਮ ਸੀ ਜਿਹਨੂੰ ਅਸੀਂ ਸੰਭਾਲ ਨਹੀਂ ਸਕੇ, ਲੋਕਾਂ ਕੋਲ ਸੀਗਾ। ਤੁਸੀਂ ਕਦੇ ਇੱਥੇ ਕਿਸੇ ਇੱਟਾਂ ਵਾਲੇ ਭੱਠੇ ਤੇ ਚਲੇ ਜਾਓ ਤੇ ਉਹਨਾਂ ਦਾ ਇੱਕ ਫਾਰਮੂਲਾ ਹੁੰਦਾ ਘੈਂਟੀ। ਉਹ ਘੈਂਟੀ ਕੀ ਆ? ਕੋਈ ਘੈਂਟੀ ਨੀ ਖੜਕਦੀ, ਇੱਕ ਪੀਪਾ ਰੱਖਿਆ ਹੁੰਦਾ ਉਹਨਾਂ ਨੇ ਭੱਠੇ ਦੇ ਉੱਤੇ। ਹੁਣ ਤਾਂ ਅਲਾਰਮ ਲਾਉਣ ਲੱਗ ਪਏ, ਪੁਰਾਣਾ ਸਿਸਟਮ ਪੀਪੇ ਦਾ ਸੀ। ਉਸ ਪੀਪੇ ਦੇ ਵਿੱਚ ਪਾਣੀ ਪਾ ਕੇ ਰੱਖਦੇ ਆ ਤੇ ਉਹਦੇ ਉੱਤੇ ਇੱਕ ਕੌਲੀ ਤਰਦੀ ਹੁੰਦੀ ਆ, ਕੌਲੀ ਦੇ ਤਲੇ ਚ ਇੱਕ ਬਰੀਕ ਜਿਹਾ ਛੇਕ ਹੁੰਦਾ ਵਾਲ ਜਿੰਨਾ, ਉਹਦੇ ਨਾਲ ਪਾਣੀ ਸਿਮਦਾ ਰਹਿੰਦਾ ਸਿਮਦਾ ਰਹਿੰਦਾ, ਕੌਲੀ ਭਰਦੀ ਰਹਿੰਦੀ ਆ, ਭਰਦੀ 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 ਕੌਲੀ ਜਦੋਂ ਜਾ ਕੇ ਉਹ ਬਿਲਕੁਲ ਸਿਰੇ ਤੱਕ ਭਰ ਲੱਗਦੀ ਆ ਤੇ ਉਦੋਂ ਫਿਰ ਉਹ ਡੁੱਬਦੀ ਆ, ਡੁੱਬਕੂ ਕਰਦੀ ਜਦੋਂ, ਉਹਨੂੰ ਕਹਿੰਦੇ ਆ ਘੈਂਟੀ ਵਿੱਚ। ਉਹਨਾਂ ਨੇ ਏਦਾਂ ਸੈੱਟ ਕੀਤਾ ਹੁੰਦਾ ਕਿ 22 ਮਿੰਟਾਂ ਦੇ ਵਿੱਚ ਘੈਂਟੀ ਕੌਲੀ ਭਰੇ। ਤੁਸੀਂ ਦੇਖੋ ਇਹ ਕਿੱਡਾ ਉਹਨਾਂ ਦਾ ਸਿਸਟਮ ਆਪਣਾ ਚੱਲਦਾ ਪਿਆ ਸੀ। ਆਹ ਜਿਹੜਾ ਕਹਿੰਦੇ ਖਾਣੇ ਅੱਗੇ ਪਹਿਰੇਦਾਰ, ਇਹ ਪਹਿਰੇਦਾਰ ਦਾ ਜਿਹੜਾ ਪਹਿਰਾ ਵਾ, ਅਸਲ ਵਿੱਚ ਜਿਹੜੇ 8 ਪਹਿਰ ਹੁੰਦੇ ਸੀ, 8 ਵਾਰੀ ਪਹਿਰਾ ਬਦਲਦਾ ਸੀਗਾ ਤੇ ਉਹਦੇ ਤੋਂ ਪਹਿਰੇਦਾਰ, ਪਹਿਰ ਤੋਂ ਪਹਿਰਾ ਤੇ ਪਹਿਰੇ ਤੋਂ ਪਹਿਰੇਦਾਰ ਬਣਿਆ ਸੀ। ਇਹ ਕਈ ਚੀਜ਼ਾਂ ਚੋਂ ਨਿਕਲਦੀਆਂ ਪਈਆਂ। ਜੰਤਰ ਮੰਤਰ ਵੀ ਇਸੇ ਤਰ੍ਹਾਂ, ਜਿਹਨੂੰ ਬੜਾ ਲੰਮਾ ਸਟੱਡੀ ਕਰਨ ਦੀ ਲੋੜ ਹੈ ਜੀ। ਕਿਉਂਕਿ ਥੋੜਾ ਜਿਹਾ ਮੈਨੂੰ ਪਤਾ ਸੀਗਾ ਜੀ ਕਿ ਉਹ ਸਮੇਂ ਦੀ ਕੋਈ ਇਕਾਈ ਉੱਥੇ ਵਰਤੀ ਗਈ ਹੈ ਜਾਂ ਹੋਰ, ਪਰ ਡਿਟੇਲ ਦੇ ਵਿੱਚ ਨਹੀਂ ਪਤਾ, ਤੁਸੀਂ ਕਾਫੀ ਜਾਣਕਾਰੀ ਦਿੱਤੀ। ਸਮੇਂ ਦੀ ਇਕਾਈ ਇਸ ਤਰ੍ਹਾਂ ਕਿ ਉਹ ਬੁਰਜੀਆਂ ਇਸ ਢੰਗ ਨਾਲ ਕੀਤੀਆਂ ਕਿ ਜਿਉਂ ਜਿਉਂ ਸੂਰਜ ਅੱਗੇ ਤੁਰਦਾ ਉਹਦੇ ਨਾਲ ਨਾਲ ਸੂਰਜ ਦਾ ਪਰਛਾਵਾਂ ਜਿਹੜਾ ਪੈਂਦਾ ਉਹ ਬੁਰਜੀਆਂ ਦੇ ਪਰਛਾਵੇਂ ਤੋਂ ਸੂਈਆਂ ਦੀ ਝਲਕ ਪੈਂਦੀ ਹੈ ਤੇ ਉਹਦੇ ਚੋਂ ਪਤਾ ਲੱਗ ਜਾਂਦਾ ਕਿੰਨੇ ਮਿੰਟ ਹੋਏ ਕਿੰਨੇ ਘੰਟੇ ਹੋਏ, ਸਾਰਾ ਕੁਝ ਉਹ ਚੋਂ ਪਤਾ ਲੱਗਦਾ ਰਹਿੰਦਾ। ਪਰ ਉਹ ਲੰਮੀ ਖੇਡ ਹੈ ਸਾਰੀ ਜਾ ਕੇ ਉੱਥੇ ਸਮਝਣੀ। ਅਕਾਲੀ ਦਲ ਦੀ ਸਥਾਪਨਾ ਦਾ ਕੱਲ ਦਿਹਾੜਾ ਸੀਗਾ ਜੀ, ਕਿਵੇਂ ਰਹੇ ਸਮਾਗਮ ਪੰਨੂ ਸਾਹਿਬ? ਉੱਥੇ ਮੁੜ ਮੁੜ ਕੇ ਪਿਓ ਪੁੱਤ ਨੇ ਇੱਕ ਦੂਸਰੇ ਦੇ ਸੋਹਲੇ ਗਾਏ ਆ, ਨਾਲ ਇਹ ਆਖਿਆ ਅਕਾਲੀ ਦਲ ਬੜਾ ਕੁਰਬਾਨੀਆਂ ਬੜਾ ਹੁੰਦਾ ਸੀ, ਕੁਰਬਾਨੀਆਂ ਬੜਾ ਸੀ, ਹੁਣ ਤਾਂ ਕੁਰਬਾਨੀਆਂ ਬੜਾ ਨੀ, ਹੁਣ ਤਾਂ ਰੇਤ ਬਜਰੀ ਵਾਲਾ ਅਕਾਲੀ ਦਲ ਹੈ ਵਿਚਾਰਾ। ਅੱਛਾ, ਉੱਥੇ ਜਾ ਕੇ ਇਹਨਾਂ ਨੇ ਫਿਰ ਆਖਿਆ ਜੀ ਅਸੀਂ ਉਹ ਪੁਰਾਣੀ ਰਵਾਇਤ ਬਹਾਲ ਕਰਨੀ ਹੈ। ਪੁਰਾਣੀ ਰਵਾਇਤ ਕਿਹੜੀ? ਇੱਕ ਵਕਤ ਸੀ ਜਦੋਂ ਅਕਾਲੀਆਂ ਦੇ ਸਾਰੇ ਦਫ਼ਤਰ ਗੁਰਦੁਆਰਾ ਕਮੇਟੀਆਂ ਦੇ ਦਫ਼ਤਰਾਂ ਚ ਸਰਾਵਾਂ ਚ ਹੁੰਦੇ ਸੀ ਤੇ ਇਹਨਾਂ ਦੇ ਮੀਟਰਾਂ ਦੇ ਬਿੱਲ ਵੀ ਗੁਰੂ ਕੀ ਗੋਲਕ ਵਿੱਚੋਂ ਜਾਂਦੇ ਸੀ। ਫਿਰ ਜਦੋਂ ਰੌਲਾ ਪੈਣ ਲੱਗ ਪਿਆ ਇਹਨਾਂ ਨੇ ਮੁੜ ਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਦਿੱਤਾ ਕਿ ਸਾਡੀ ਸੈਕੂਲਰ ਪਾਰਟੀ ਹੈ, ਜਿਹੜੀ ਸੈਕੂਲਰ ਪਾਰਟੀ ਹੈ ਤੇ ਸਥਾਪਨਾ ਦਿਵਸ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਿਉਂ ਮਨਾਇਆ, ਜਿੱਥੇ ਹਰ ਚੀਜ਼ ਟੈਲੀਫੋਨ ਉੱਥੇ ਜਿਹੜਾ ਹੈਗਾ ਮਾਈਕਰੋਫੋਨ ਤੇ ਲਾਊਡ ਸਪੀਕਰ ਤੋਂ ਲੈ ਕੇ ਲੰਗਰ ਤੱਕ ਸਾਰੀਆਂ ਚੀਜ਼ਾਂ ਗੁਰਦੁਆਰਾ ਕਮੇਟੀ ਦੀਆਂ ਵਰਤੀਆਂ ਗਈਆਂ। ਤੁਸੀਂ ਫੋਟੋ ਕੱਢ ਕੇ ਵੇਖੋ ਅੱਜ ਦੇ ਅਖਬਾਰਾਂ ਚ ਲੱਗੇ, ਜਿੱਥੇ ਸਾਰੇ ਲੀਡਰ ਵਾਰੀ ਵਾਰੀ ਬੋਲੇ ਆ ਸਥਾਪਨਾ ਦਿਵਸ ਅਕਾਲੀ ਦਲ ਦਾ, ਪਰ ਜਿਹੜਾ ਡਾਇਸ ਹੈ ਲੱਕੜ ਦਾ ਬਣਿਆ ਜਿਹਦੇ ਸਾਹਮਣੇ ਖਲੋ ਕੇ ਬੋਲਦੇ ਪਏ ਆ ਉਹਦੇ ਉੱਤੇ ਅਕਾਲੀ ਦਲ ਨੀ, ਉੱਥੇ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਫਿਰ ਉਹ ਸ਼੍ਰੋਮਣੀ ਕਮੇਟੀ ਦਾ ਸਮਾਗਮ ਸੀ ਕਿ ਅਕਾਲੀ ਦਲ ਦਾ ਕਨਫਿਊਜ਼ਨ ਹੋ ਜਾਂਦਾ, ਇਹ ਆਪਣਾ ਡਾਇਸ ਵੀ ਨੀ ਜਾ ਸਕਦੇ ਨਾ, ਲਾਊਡ ਸਪੀਕਰ ਵੀ ਉਹ ਵਰਤੇ ਔਰ ਬਾਅਦ ਵਿਚ ਜਿੰਨੇ ਆਏ ਸੀ ਉਹਨਾਂ ਨੇ ਲੰਗਰ ਵੀ ਸ਼੍ਰੋਮਣੀ ਕਮੇਟੀ ਦਾ ਛਕਿਆ, ਦਰੀਆਂ ਵੀ ਉਹਨਾਂ ਦੀਆਂ, ਹੋ ਸਕਦਾ ਬੰਦੇ ਘੱਟਦੇ ਹੋਣ ਤੇ ਸੇਵਾਦਾਰ ਵੀ ਉਹਨਾਂ ਦੇ ਬਿਠਾ ਕੇ ਹਾਜ਼ਰੀ ਪੂਰੀ ਕੀਤੀ ਹੋਵੇ, ਆਪਣਾ ਤੇ ਇਹਨਾਂ ਦਾ ਕੱਖ ਵੀ ਨੀ, ਸਿਰਫ ਲੀਡਰ ਹੀ ਆਏ। ਅੱਛਾ, ਪੁੱਛਿਆ ਗਿਆ ਤੇ ਕਹਿੰਦੇ ਜੀ ਅਕਾਲੀ ਦਲ ਕਿਉਂਕਿ ਸਿੱਖਾਂ ਦੇ ਵਿਚ ਧਰਮ ਤੇ ਰਾਜਨੀਤੀ ਮੇਰੀ ਤੇ ਪੀਰੀ ਇੱਕ ਹੁੰਦੀ, ਇਸ ਕਰਕੇ ਅਕਾਲੀ ਦਲ ਦਰਬਾਰ ਸਾਹਿਬ ਦੇ ਵਿਚ ਇਸ ਤਰ੍ਹਾਂ ਦਾ ਸਮਾਗਮ ਕਰ ਸਕਦਾ? ਕਰ ਸਕਦਾ, ਬਿਲਕੁਲ ਠੀਕ ਹੈ, ਪਰ ਕਿਉਂ ਕਰਨਾ ਚਾਹੁੰਦੇ ਹੋ? ਕਹਿੰਦੇ ਜੀ ਅਸੀਂ ਇਹਨਾਂ ਨੂੰ ਜੋੜ ਕੇ ਇਸ ਕਰਕੇ ਚੱਲਣਾ ਚਾਹੁੰਦੇ ਹਾਂ ਕਿ ਰਾਜਨੀਤੀ ਚ ਗਲਤੀਆਂ ਰਹਿੰਦੀਆਂ ਤੇ ਇਹਦੇ ਉੱਤੇ ਧਰਮ ਦਾ ਕੁੰਡਾ ਚਾਹੀਦਾ, ਧਰਮ ਦਾ ਕੁੰਡਾ। ਕੱਲ ਕੁੰਡਾ ਤੇ ਪਾਸੇ ਰਿਹਾ, ਅਸਲ ਵਿੱਚ ਤਾਂ ਧਰਮ ਦਾ ਕੁੰਡਾ ਕਰ ਦਿੱਤਾ। ਕੱਲ ਹੋਇਆ ਇਹ ਕਿ ਜਿੰਨਾ ਚਿਰ ਤੱਕ ਲੀਡਰ ਬੋਲਦੇ ਰਹੇ ਇਹਨਾਂ ਦੀ ਸਾਰੀ ਸਾਧ ਸੰਗਤ ਐਨ ਇੱਕ ਮਨ ਹੋ ਕੇ ਸੁਣਦੀ ਰਹੀ, ਕਿਉਂਕਿ ਲੀਡਰਾਂ ਤੋਂ ਕੋਈ ਨਾ ਕੋਈ ਕੰਮ ਹੁੰਦਾ। ਅਖੀਰ ਤੇ ਜਾ ਕੇ ਆਖਿਆ ਜੀ ਮੇਰੀ ਪੀੜੀ ਦਾ ਸਵਾਲ ਹੈ, ਧਰਮ ਦਾ ਕੁੰਡਾ ਚਾਹੀਦਾ ਰਾਜਨੀਤੀ ਦੇ ਉੱਤੇ। ਹੁਣ ਸਿੱਖ ਪੰਥ ਦੇ ਸਿਰਮੌਰ ਹਸਤੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਸੰਗਤਾਂ ਨੂੰ ਸੰਬੋਧਨ ਕਰਨਗੇ। ਅਕਾਲ ਤਖ਼ਤ ਦੇ ਜਥੇਦਾਰ ਨੇ ਅਜੇ ਫਤਿਹ ਬੁਲਾਈ ਤੇ ਸੰਗਤਾਂ ਨੇ ਉੱਠ ਕੇ ਤੁਰਨਾ ਸ਼ੁਰੂ ਕਰਤਾ। ਉਹਨਾਂ ਨੂੰ ਇੱਕ ਦੋ ਵਾਰੀ ਆਖਿਆ ਬਹਿ ਜਾਓ, ਫਿਰ ਕੋਈ ਨੀ। ਅਖਬਾਰਾਂ ਚ ਫੋਟੋ ਛਪੀਆਂ ਨੇ ਕਿ ਜਥੇਦਾਰ ਬੋਲ ਰਿਹਾ ਤੇ ਅਗਲੇ ਪਾਸੇ ਦਰੀਆਂ ਤੇ ਬੰਦੇ ਕੋਈ ਨੀ, ਦੋ ਚਾਰ ਜਣੇ ਬਸ ਸੇਵਾਦਾਰ ਰਹਿ ਗਏ ਜਿਹੜੇ ਦਰੀਆਂ ਚੁੱਕਣ ਵਾਸਤੇ ਉਡੀਕਦੇ ਸੀ ਵੀ ਇਹ ਸਾਰੇ ਉੱਠਣ ਤੇ ਦਰੀਆਂ ਚੁੱਕ, ਕੋਈ ਹੈ ਹੀ ਨੀ। ਇੱਥੋਂ ਤੱਕ ਲੀਡਰ ਵੀ ਉੱਠ ਕੇ ਪਰੇ ਜਾ ਕੇ ਆਪੋ ਚ ਗੱਲਾਂ ਕਰਨ ਲੱਗ ਪਏ
ਲੀਡਰਾਂ ਨੂੰ ਸੁਣਿਆ ਗਿਆ, ਜਥੇਦਾਰ ਵਿਚਾਰੇ ਦੀ ਕਿਸੇ ਨੇ ਗੱਲ ਹੀ ਨੀ ਉੱਥੇ ਸੁਣੀ, ਜਥੇਦਾਰ ਤੇ ਪਤਾ ਨੀ ਕੀ ਕੁਝ ਬੋਲਦਾ ਰਹਿ ਗਿਆ। ਤੇ ਫਿਰ ਉਹ ਧਰਮ ਤੇ ਰਾਜਨੀਤੀ ਨੂੰ ਜੋੜ ਕੇ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਜਿਹੜਾ ਰੱਖਣ ਵਾਲੀ ਗੱਲ ਸੀ ਉਹ ਤੇ ਹੋ ਹੀ ਨੀ ਸਕੀ। ਅੱਗੋਂ ਹੁਣ ਜਿੰਨੀਆਂ ਗੱਲਾਂ ਸੀ ਉਹ ਸਾਰੀਆਂ ਭਵਿੱਖ ਨਕਸ਼ਾ ਜੀ ਇਹ ਉਹ, ਉਸ ਚੋਂ ਕੁਛ ਨੀ ਲੱਭ ਸਕਿਆ ਜਿਹਨੂੰ ਅਸੀਂ ਆਖੀਏ ਕੋਈ ਭਵਿੱਖ ਨਕਸ਼ਾ ਹੋਵੇਗਾ ਜੀ। ਆਧਾਰ ਕਾਰਡ ਹੈ ਕਹਿੰਦੇ ਹੁਣ 31 ਮਾਰਚ ਤੱਕ ਜੋੜਿਆ ਜਾ ਸਕਦਾ, ਥੋੜੀ ਜਿਹੀ ਰਾਹਤ ਮਿਲੀ ਹੈ। ਇਹ 10-15 ਦਿਨ ਪਹਿਲਾਂ ਅਸੀਂ ਇੱਥੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਕਹਿਤਾ ਕਿ ਅਸੀਂ ਇਹਦੀ ਤਰੀਕ ਵਧਾ ਸਕਦੇ ਹਾਂ। ਦੂਸਰਾ ਆਧਾਰ ਕਾਰਡ ਜਿਹੜਾ ਨਾ ਹੁਣ ਇਸ ਤਰ੍ਹਾਂ ਦਾ ਆਧਾਰ ਬਣ ਗਿਆ ਜਿਹਦੇ ਬਗੈਰ ਤੁਹਾਡਾ ਸਾਡਾ ਕਿਸੇ ਦਾ ਵੀ ਸਰਨਾ ਨਹੀਂ। ਆਧਾਰ ਕਾਰਡ ਦੇ ਨਾਲ ਸਾਡੇ ਰਾਸ਼ਨ ਕਾਰਡ ਦਾ ਕੰਮ ਵੀ ਜੋੜ ਦਿੱਤਾ ਗਿਆ, ਪੈਨਸ਼ਨਾਂ ਵੀ ਲੱਭ ਸਕਦੀਆਂ, ਵੋਟ ਵੀ ਅਗਲੀ ਵਾਰ ਬਣਨੀ ਕਿ ਨਹੀਂ ਬਣਨੀ ਆਧਾਰ ਕਾਰਡ ਤੇ ਨਿਰਭਰ ਬਣੇਗਾ, ਪਾਸਪੋਰਟ ਵੀ, ਇਥੋਂ ਤੱਕ ਕਿ ਤੁਹਾਡੇ ਸਕੂਲ ਦਾਖਲ ਹੋਣ ਦੇ ਤੇ ਸਕੂਲ ਛੱਡਣ ਦੇ ਸਰਟੀਫਿਕੇਟ ਵੀ ਆਧਾਰ ਨਾਲ ਜੁੜ ਜਾਣਗੇ, ਬੈਂਕ ਦੇ ਖਾਤੇ ਵੀ ਹੋਣਗੇ, ਤੁਹਾਡੇ ਏਟੀਐਮ ਕਾਰਡ ਦੀ ਵੀ ਹੁਣ ਲੋੜ ਨਹੀਂ। ਪਿਛਲੇ ਸਾਲ ਤੋਂ ਰੌਲਾ ਪੈ ਰਿਹਾ ਸੀ ਪੇਟੀਐਮ ਦਾ, ਬਹੁਤ ਚੜਿਆ ਸੀ ਪੇਟੀਐਮ, ਕਹਿੰਦੇ ਸੀ ਤੁਸੀਂ ਇਥੋਂ ਤੱਕ ਕਿ ਫਰੂਟ ਵਾਲੇ ਕੋਲ ਵੀ ਜਾਣੇ ਤੁਹਾਡੇ ਕੋਲ ਪੈਸੇ ਹੈ ਨੀ ਤੇ ਤੁਸੀਂ ਉੱਥੇ ਖੜੇ ਖੜੇ ਆਪਣੇ ਮੋਬਾਈਲ ਤੋਂ ਨੰਬਰ ਕਮਾਓ ਤੇ ਪੇਟੀਐਮ ਦੇ ਵਿੱਚੋਂ ਫਰੂਟ ਵੇਚਣ ਵਾਲੇ ਦੇ ਮੋਬਾਈਲ ਦੇ ਉੱਤੇ ਉਹਨੇ ਪੈਸਿਆਂ ਦਾ ਪੇਟੀਐਮ ਕਰ ਦਿਓ ਤੇ ਉਧਰ ਪੈਸੇ ਟ੍ਰਾਂਸਫਰ ਹੋ ਜਾਂਦੇ ਸੀ, ਸਰ ਜਾਂਦਾ ਸੀ, ਹੁਣ ਉਹ ਵੀ ਖਤਮ ਹੋ ਜਾਣਾ। ਉਹਦੀ ਥਾਂ ਦੇ ਉੱਤੇ ਆਧਾਰ ਕਾਰਡ ਨਵਾਂ ਜਿਹੜਾ ਦਿੰਦੇ ਪਏ ਆ ਉਹਦੇ ਉੱਤੇ ਚਿੱਪ ਲੱਗੀ ਹੋਵੇਗੀ, ਜਦੋਂ ਤੁਸੀਂ ਏਟੀਐਮ ਮਸ਼ੀਨ ਵਿੱਚ ਪਾਓਗੇ ਤੇ ਆਧਾਰ ਕਾਰਡ ਉੱਥੇ ਉਸੇ ਵੇਲੇ ਇੱਕ ਨਕਸ਼ਾ ਪੇਸ਼ ਕਰ ਦੇਗਾ ਕਿ ਤੁਸੀਂ ਬੈਂਕ ਤੱਕ ਜਾਣਾ ਚਾਹੁੰਦੇ ਹੋ, ਤੁਸੀਂ ਬੈਂਕਿੰਗ ਦੇ ਉੱਤੇ ਹੱਥ ਹੱਥ ਲਾਓ, ਉੱਥੇ ਪੁੱਛੇਗਾ ਕਿਹੜਾ ਬੈਂਕ ਤੁਸੀਂ ਆਪਣੀ ਮਰਜ਼ੀ ਦਾ ਬੈਂਕ ਦੇ ਦਿਓ, ਪੁੱਛੇਗਾ ਕਿਹੜਾ ਅਕਾਊਂਟ ਨੰਬਰ ਤੁਸੀਂ ਅਕਾਊਂਟ ਨੰਬਰ ਦੇ ਦਿਓ, ਉਹ ਪੈਸੇ ਵਗੈਰਾ ਭਰ ਕੇ ਏਟੀਐਮ ਵਾਂਗ ਆਧਾਰ ਕਾਰਡ ਤੁਹਾਡੇ ਏਟੀਐਮ ਕਾਰਡ ਦਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਕੰਮ ਵੀ ਕਰੇਗਾ। ਇਹ ਸਾਰਾ ਕੁਝ ਇਹਦੇ ਵਿੱਚ ਪਾ ਦਿੱਤਾ ਗਿਆ। ਇੱਕ ਗੱਲ ਪੁਰਾਣੇ ਬਾਬੇ ਕਹਿੰਦੇ ਹੁੰਦੇ ਸੀ ਕਿ ਇੱਕੋ ਟੋਕਰੀ ਥੱਲੇ ਸਾਰੇ ਚੂਚੇ ਨੀ ਤਾੜੀ ਦੇ, ਜੇ ਬਿੱਲੀ ਆ ਜਾਵੇ ਤੇ ਸਾਰੇ ਚੂਚੇ ਇੱਕ ਵਾਰੀ ਚੱਬ ਜਾਏਗੀ। ਇੱਥੇ ਹੁਣ ਜਦੋਂ ਹਰ ਚੀਜ਼ ਏਟੀਐਮ ਆਧਾਰ ਕਾਰਡ ਵਿੱਚ ਪਾਈ ਜਾ ਰਹੀ ਹੈ ਤੇ ਜੇ ਕਿਸੇ ਹੈਕ ਕਰਨ ਵਾਲੇ ਦੇ ਕੋਲ ਜਾਂ ਕਿਸੇ ਠੱਗ ਚੋਰ ਦੇ ਹੱਥ ਇਹ ਕਾਰਡ ਆ ਗਿਆ ਤੇ ਇਹਦੇ ਵਿੱਚ ਹਰ ਚੀਜ਼ ਹੈਗੀ ਹੈ, ਬਾਕੀ ਡਾਟਾ ਲਵੇ ਨਾ ਲਵੇ, ਆ ਪੈਸੇ ਪੁਸੇ ਦਾ ਮਾਮਲਾ ਜਿਹੜਾ ਇਹ ਆਧਾਰ ਕਾਰਡ ਦੇ ਨਾਲ ਹੀ ਕੰਮ ਬਣ ਜਾਏਗਾ। ਇਹ ਸਾਰੀ ਜੋੜੀਆਂ ਜਾ ਰਹੀਆਂ ਨੇ, ਇਥੋਂ ਤੱਕ ਕਿ ਜਿਨ੍ਹਾਂ ਕੋਲ ਆਧਾਰ ਕਾਰਡ ਹੈ ਉਹ ਵਿਦੇਸ਼ ਵਿਚ ਵੀ ਬੈਠੇ ਹੋਣ ਤੇ ਉਥੋਂ ਜਿਹੜੀ ਈ ਡਿਸਟ੍ਰਿਕਟ ਸਕੀਮ ਹੈ ਉਹਦੇ ਨਾਲ ਜੁੜ ਕੇ ਤੇ ਇਹਦੇ ਵਿਚੋਂ ਆਪਣੇ ਪਿੰਡ ਦੀ ਜ਼ਮੀਨ ਜਾਇਦਾਦ ਬਾਰੇ ਵੀ ਐਂਟਰੀਆਂ ਲੈ ਸਕਦੇ ਨੇ। ਉਹ ਹੁਣ ਸਰਕਾਰ ਨੇ ਬਕਾਇਦਾ ਸੁਪਰੀਮ ਕੋਰਟ ਚ ਲਿਖ ਕੇ ਦੇ ਦਿੱਤਾ ਤੇ ਸੁਪਰੀਮ ਕੋਰਟ ਨੇ ਵੀ ਅਟ ਕਰ ਦਿੱਤਾ, ਉਹ 31 ਮਾਰਚ ਤੱਕ ਚਲਾ ਗਿਆ, ਹੁਣ 31 ਦਸੰਬਰ ਦੀ ਗੱਲ ਨਹੀਂ। ਮੈਂ ਫਿਰ ਜਿਹੜੀ ਜ਼ਰੂਰੀ ਗੱਲ ਦੁਹਰਾਉਣਾ ਚਾਹੁੰਦਾ ਉਹ ਇਹ ਕਿ ਜਿਹੜੇ ਵਿਦੇਸ਼ਾਂ ਵਿਚ ਸਾਡੇ ਭਰਾ ਭੈਣਾਂ ਵਾਸਤੇ ਉਹਨਾਂ ਦਾ ਆਧਾਰ ਕਾਰਡ ਨਹੀਂ ਬਣ ਸਕਦਾ, ਸਿਰਫ ਤਾਂ ਬਣ ਸਕਦਾ ਜੇ 182 ਦਿਨ ਇੰਡੀਆ ਚ ਆ ਕੇ ਰਹਿਣ, ਉਹ 182 ਦਿਨ ਇੱਥੇ ਰਹਿ ਨਹੀਂ ਸਕਦੇ, ਇਸ ਕਰਕੇ ਆਧਾਰ ਕਾਰਡ ਉਹਨਾਂ ਦਾ ਨਹੀਂ ਬਣ ਸਕਦਾ। ਪਰ ਭਾਰਤ ਸਰਕਾਰ ਦਾ ਜਿਹੜਾ ਆਧਾਰ ਕੰਟਰੋਲ ਕਾਰਡ ਨੂੰ ਇਸ ਡੀਲ ਕਰਨ ਵਾਲੀ ਅਥਾਰਟੀ ਹੈ ਉਹਨੇ ਬਕਾਇਦਾ ਸਾਰੇ ਮੰਤਰਾਲਿਆਂ ਨੂੰ ਚਿੱਠੀ ਲਿਖੀ ਹੈ ਕਿ ਜਿੰਨੀਆਂ ਚੀਜ਼ਾਂ ਆਧਾਰ ਕਾਰਡ ਨਾਲ ਜੁੜੀਆਂ ਨੇ, ਜੇ ਸਾਡੇ ਪ੍ਰਵਾਸੀ ਆਉਂਦੇ ਨੇ ਉਹਨਾਂ ਕੋਲ OCI ਕਾਰਡ ਹੋਵੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਾਂ PIO ਕਾਰਡ ਹੋਵੇ, ਪਰਸਨ ਆਫ ਇੰਡੀਅਨ ਓਰੀਜਨ, ਤਾਂ ਉਹਨਾਂ ਦੇ ਉਸ ਕਾਰਡ ਦੇ ਨਾਲ ਕੰਮ ਸਰਜੇਗਾ, ਉਹਨਾਂ ਨੂੰ ਆਧਾਰ ਕਾਰਡ ਦੀ ਲੋੜ ਨਹੀਂ। ID ਦੇ ਤੌਰ ਤੇ ਜੇ ਪੁੱਛਿਆ ਜਾਵੇ ਕਿ ਆਪਣੇ ਪਾਸਪੋਰਟ ਦੀ ਕਾਪੀ ਜਾਂ ਉਥੋਂ ਦਾ ਜਿਹੜਾ ਸਟੇਟਸ ਆ PR ਹੋਵੇ ਜਾਂ ਸਿਟੀਜ਼ਨਸ਼ਿਪ ਜੋ ਵੀ ਹੈ, ਡਰਾਈਵਿੰਗ ਲਾਇਸੈਂਸ ਵੀ ਉਥੋਂ ਦਾ ਹੋਵੇ, ਉਹਦੇ ਬੇਸ ਦੇ ਉੱਤੇ ਇੱਥੇ ਕੰਮ ਚਲਾ ਸਕਦੇ ਆ। ਇਹ ਸਾਰੀਆਂ ਗੱਲਾਂ ਉਹਨਾਂ ਧਿਆਨ ਚ ਰੱਖਣ ਦੀ ਲੋੜ ਆ। ਉਹਨਾਂ ਵਾਸਤੇ ਕੰਮ ਦੀ ਗੱਲ ਸਿਰਫ ਇਸ ਵੇਲੇ ਇੰਨੀ ਹੈ ਕਿ ਜਿਹੜੀ 31 ਦਸੰਬਰ ਦੀ ਅਫੜਾ ਦਫੜੀ ਸੀ ਉਹ ਖਤਮ ਹੈ, ਹੁਣ 31 ਮਾਰਚ ਤੱਕ ਉਹਨਾਂ ਕੋਲ ਟਾਈਮ ਹੈਗਾ ਜੀ। ਪੰਨੂ ਸਾਹਿਬ, ਕੋਲ ਸਕੈਂਡਲ ਹੈ ਝਾਰਖੰਡ ਦੇ ਵਿਚ ਕਾਫੀ ਚਰਚਿਤ ਰਿਹਾ ਤੇ ਹੁਣ ਸਾਬਕਾ ਮੁੱਖ ਮੰਤਰੀ ਦੋਸ਼ੀ ਪਾਏ ਗਏ ਆ, ਸਜ਼ਾ ਦਾ ਫੈਸਲਾ ਹੋਣ ਵਾਲਾ ਹੈ। ਸਾਬਕਾ ਮੁੱਖ ਮੰਤਰੀ ਮਧੂ ਕੋੜਾ 3-4 ਮਹੀਨੇ ਦਾ ਮੁੱਖ ਮੰਤਰੀ ਸੀ, ਆਇਆ ਹੁੰਜਾ ਮਾਰ ਕੇ, ਕੋਲਾ ਤਾਂ ਨਹੀਂ ਹੁੰਜਾ, ਕੋਲੇ ਦੀ ਕਾਲੀ ਕਮਾਈ ਹੁੰਜ ਕੇ ਰਾਹ ਪਿਆ ਸੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੋਲਾ ਸਕੈਂਡਲ ਜਿਹੜਾ ਬਹੁਤ ਉਭਰਿਆ, ਪਹਿਲਾਂ ਤਾਂ ਸਰਕਾਰ ਨੇ ਆਖਿਆ ਹੋਇਆ ਕੁਛ ਨੀ, ਫਿਰ ਕੈਗ ਜਿਹੜਾ ਕੰਪਟਰੋਲਰ ਐਂਡ ਆਡੀਟਰ ਜਨਰਲ ਛੋਟਾ ਸੀ ਕੈਗ ਕਹਿੰਦੇ ਆ, ਕੈਗ ਦੀ ਰਿਪੋਰਟ ਦੇ ਬੇਸ ਉੱਤੇ ਪਰਚਾ ਦਰਜ ਹੋਇਆ, ਪੜਤਾਲ ਚੱਲੀ, ਪਤਾ ਲੱਗਾ ਕਿ ਕੁਝ ਕੋਲਾ ਪਲਾਟ ਇਹੋ ਜਿਹੇ ਅਲਾਟ ਕੀਤੇ ਗਏ, ਕੋਲਾ ਬਲਾਕ ਲੰਬੇ ਚੌੜੇ ਕੋਈ 5 ਕਿਲੋਮੀਟਰ ਦਾ, ਕੋਈ 10 ਕਿਲੋਮੀਟਰ ਦਾ,
ਜਿਨ੍ਹਾਂ ਦੇ ਉੱਤੇ ਉਦੋਂ ਕੋਲਾ ਮਿਨਿਸਟਰੀ ਖਾਲੀ ਸੀ ਤੇ ਉਹ ਚਾਰਜ ਹੁੰਦਾ ਸੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਆਪਣੇ ਕੋਲ, ਰੌਲਾ ਪੈ ਗਿਆ ਕਿ ਪ੍ਰਧਾਨ ਮੰਤਰੀ ਚ ਸ਼ਾਮਲ ਹੈ। ਫਿਰ ਪੜਤਾਲ ਹੋਈ ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਕੋਲ ਜਦੋਂ ਫਾਈਲ ਗਈ ਹੈ ਤੇ ਹੇਠਲਿਆਂ ਸਾਰਿਆਂ ਨੇ ਕਲੀਅਰ ਕਰਕੇ ਆਖਿਆ ਜੀ ਫਾਈਲ ਬਿਲਕੁਲ ਸਾਫ਼ ਹੈ, ਕਿਸੇ ਕਿਸਮ ਦਾ ਕੋਈ ਨੁਕਸ ਨਹੀਂ। ਉਹਨੂੰ ਧੋਖੇ ਚ ਰੱਖਿਆ ਗਿਆ, ਕੋਲੇ ਦਾ ਬਲਾਕ ਅਲਾਟ ਕਰਨ ਲੱਗਿਆ ਕੇਂਦਰ ਸਰਕਾਰ ਦੀ, ਕੋਲਾ ਕਾਰਪੋਰੇਸ਼ਨ ਦੀ, ਤੇ ਜਿਹੜੇ ਇਲਾਕੇ ਦੇ ਵਿੱਚ ਕੋਲਾ ਹੋਵੇ ਮਾਈਨਿੰਗ ਹੋਣੀ ਆ ਉਹ ਸਟੇਟ ਦੀ ਮਨਜ਼ੂਰੀ ਤਿੰਨਾਂ ਦੀ ਚਾਹੀਦੀ ਹੁੰਦੀ ਹੈ। ਤਿੰਨ ਮਨਜ਼ੂਰੀਆਂ ਦੇ ਵਿੱਚੋਂ ਝਾਰਖੰਡ ਸਟੇਟ ਦੀ ਮਨਜ਼ੂਰੀ ਤੋਂ ਬਗੈਰ ਹੀ ਬਲਾਕ ਅਲਾਟ ਕੀਤੇ ਗਏ। ਉਹ ਸਾਰੀ ਅਲਾਟਮੈਂਟ ਦੇ ਵਿੱਚ ਕਈ ਲੋਕ ਦੋਸ਼ੀ ਠਹਿਰਾਏ ਗਏ ਆ, ਮੁੱਖ ਤੌਰ ਦੇ ਉੱਤੇ ਮਧੂ ਕੌੜਾ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਸੀ ਝਾਰਖੰਡ ਦਾ, ਉਹ ਠਹਿਰਾਇਆ ਗਿਆ। ਅੱਜ ਕੱਲ ਉਹਨੂੰ ਸਜ਼ਾ ਹੋਣੀ ਸੀ, ਹੋਈ ਨਹੀਂ, ਹੁਣ ਦੋ ਦਿਨ ਬਾਅਦ ਹੋਵੇਗੀ ਸਜ਼ਾ, ਉਹਨੂੰ ਤਗੜੀ ਹੋ ਜਾਣੀ। ਮੇਰਾ ਖਿਆਲ 10-12 ਸਾਲ ਤਾਂ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ, ਪਰ ਰਗੜਾ ਉਹਨੂੰ ਚੰਗਾ ਚੋਖਾ ਲੱਗ ਜਾਏਗਾ। ਤੇ ਡਾਕਟਰ ਮਨਮੋਹਨ ਸਿੰਘ ਬਾਰੇ ਸਾਫ਼ ਹੋ ਗਿਆ ਕਿ ਭਾਵੇਂ ਕੋਲੇ ਦਾ ਮੰਤਰੀ ਇਹ ਸੀ, ਫਾਈਲ ਦੇ ਉੱਤੇ ਅਖੀਰ ਦੇ ਉੱਤੇ ਸਭ ਤੋਂ ਦਸਖਤ ਇਸੇ ਨੇ ਕੀਤੇ ਆ, ਪਰ ਇਹਨੂੰ ਸਾਰੇ ਜਿਹੜਾ ਡਾਟਾ ਪੇਸ਼ ਹੀ ਨਹੀਂ ਕੀਤਾ ਗਿਆ। ਇਹਨੂੰ ਸਿਰਫ ਇੰਨਾ ਆਖਿਆ ਗਿਆ ਕਿ ਐਵਰੀਥਿੰਗ ਇਜ਼ ਓਕੇ, ਤੇਰੇ ਦਸਖਤ ਕਰ ਦਿੱਤੇ। ਸਰਬਜੀਤ ਜਿਹੜਾ ਅਕਾਲੀਆਂ ਦਾ ਸ਼ਹੀਦ ਸੀਗਾ ਜੀ, ਕੋਈ ਬੋਤਲ ਦਾ ਸ਼ਹੀਦ ਉਹਨੂੰ ਕਹੀ ਗਿਆ, ਤੇ ਉਸ ਦੇ ਮਾਮਲੇ ਦੀ ਹੁਣ ਪੜਚੋਲ ਫੇਰ ਸ਼ੁਰੂ ਹੋ ਗਈ ਜੀ ਪਾਕਿਸਤਾਨ ਦੇ ਵਿਚ, ਤੇ ਦਲਵੀਰ ਕੌਰ ਕਹਿੰਦੀ ਹੈ ਜੀ ਮੈਂ ਸ਼ਾਮਲ ਤਫਤੀਸ਼ ਹੋਣਾ ਚਾਹੁੰਦੀ ਹਾਂ। ਉਹ ਕੱਲਾ ਅਕਾਲੀਆਂ ਦਾ ਨੀ, ਡਾਕਟਰ ਮਨਮੋਹਨ ਸਿੰਘ ਦਾ ਵੀ ਸ਼ਹੀਦ ਸੀ। ਦਲਵੀਰ ਕੌਰ ਨੇ ਉਹਦੀ ਡੈਥ ਦੀ ਖ਼ਬਰ ਸੁਣ ਕੇ ਦਿੱਲੀ ਜਾ ਕੇ ਆਖਿਆ ਸੀ ਡਾਕਟਰ ਮਨਮੋਹਨ ਸਿੰਘ ਦੀ ਕੋਠੀ ਬਾਰੇ, ਕੋਠੀ ਅੱਗੇ ਪ੍ਰੈਸ ਵਾਲਿਆਂ ਨੂੰ, ਮੈਂ ਚੱਲੀ ਆ, ਮੈਂ ਤੇ ਇਹਨੂੰ ਮਨਮੋਹਨ ਸਿੰਘ ਨੂੰ ਦੇਸ਼ ਦੇ ਲੋਕਾਂ ਦੇ ਸਾਹਮਣੇ ਮੂੰਹ ਵਿਖਾਉਣ ਜੋਗਾ ਨਾ ਛੱਡੂਗੀ। ਲੋਕਾਂ ਆਖਿਆ ਪਤਾ ਨੀ ਇਹਨੇ ਕੀ ਬੰਬ ਚਲਾਇਆ, ਉਹਨੂੰ ਮੂੰਹ ਵਿਖਾਉਣ ਜੋਗਾ ਵੀ ਨਾ ਛੱਡੂ, ਇਹੋ ਜਿਹੀ ਉੱਥੋਂ ਕੀ ਗਲਤੀ ਹੋ ਗਈ ਹੈ। ਅੰਦਰ ਗਈ, ਅੱਧੇ ਘੰਟੇ ਬਾਅਦ ਬਾਹਰ ਆਈ ਤੇ ਆ ਕੇ ਪ੍ਰੈਸ ਵਾਲੇ ਉਹੀ ਸੀ, ਉਹ ਡੀਕਦੇ ਸੀ ਹੁਣ ਬੀਬੀ ਕੀ ਕਹਿੰਦੀ ਹੈ, ਤੇ ਬੀਬੀ ਨੇ ਆ ਕੇ ਆਖਿਆ ਜੀ ਡਾਕਟਰ ਮਨਮੋਹਨ ਸਿੰਘ ਵਰਗਾ ਦੂਸਰਾ ਪ੍ਰਧਾਨ ਮੰਤਰੀ ਨੀ ਇਸ ਦੇਸ਼ ਨੂੰ ਮਿਲਣਾ। ਮੈਂ ਕਹਿੰਦੀ ਹਾਂ ਸਾਰਾ ਦੇਸ਼ ਇਸ ਵੇਲੇ ਮਨਮੋਹਨ ਸਿੰਘ ਦੇ ਨਾਲ ਖਲੋ ਜਾਓ। ਕਿਉਂ? ਕਿਉਂਕਿ ਮਨਮੋਹਨ ਸਿੰਘ ਨੇ ਕਹਿਤਾ ਸੀ ਬੀਬੀ 1 ਕਰੋੜ ਰੁਪਇਆ ਤੁਹਾਡੇ ਪਰਿਵਾਰ ਨੂੰ ਦੇ ਦਿੰਦੇ, ਤੁਹਾਡੇ ਇੱਕ ਪਰਿਵਾਰ ਦੇ ਜੀ ਨੂੰ ਅਸੀਂ ਗਾਈਡ ਅਫਸਰ ਦੀ ਨੌਕਰੀ ਦੇ ਦਿੰਦੇ ਹਾਂ, ਤੇ ਇਹਨੂੰ ਸਰਬਜੀਤ ਨੂੰ ਅਸੀਂ ਸ਼ਹੀਦ ਡਿਕਲੇਅਰ ਕਰ ਦਿੰਦੇ ਹਾਂ। ਕਿ ਬਦੋ ਬਦੀ ਭੈਣ ਬਣੀ, ਭੈਣ ਤਾਂ ਅਸਲ ਚ ਉਹਦੀ ਹੈ ਨੀ ਗੀ। ਜਦੋਂ ਇਹਨਾਂ ਨੇ ਇੰਨਾ ਕਿਹਾ, ਉਹ ਤੋਂ ਮਨਮੋਹਨ ਸਿੰਘ ਤੋਂ ਕਰਾ ਲਿਆ, ਤੇ ਫਿਰ ਬਾਦਲ ਨੇ ਵੀ ਕਰਤਾ, ਤੇ ਫਿਰ ਇੱਥੋਂ ਰਾਜੇ ਸਾਂਸੀ ਤੋਂ ਅੰਮ੍ਰਿਤਸਰ ਏਅਰਪੋਰਟ ਤੋਂ ਉਹਦੇ ਪਿੰਡ ਤੱਕ ਹੈਲੀਕਾਪਟਰ ਜਿਹੜੇ ਨੇ ਲਾਸ਼ ਲੈ ਕੇ ਜਾਣਾ ਸੀ, ਉਸ ਲਾਸ਼ ਵਾਲੇ ਹੈਲੀਕਾਪਟਰ ਚ ਬਹਿਣ ਤੋਂ ਕਾਂਗਰਸੀ ਤੇ ਅਕਾਲੀ ਲੀਡਰ ਤੂੰ ਮੈਂ ਆਪੋ ਚ ਲੜਦੇ ਰਿਹਾ ਉੱਥੇ, ਮਗਰ ਦੂਸਰੇ ਹੈਲੀਕਾਪਟਰ ਤੇ ਗਏ, ਉੱਥੇ ਵੱਡੀਆਂ ਫੋਰਸਾਂ ਤੋਂ ਸਲਾਮੀ ਦਵਾਈ ਗਈ, ਜਿਹਨੂੰ ਪਹਿਲਾਂ ਕਹਿੰਦੇ ਸੀ ਇਨੋਸੈਂਟ ਆ, ਉਹਨੂੰ ਪਾਰਲੀਮੈਂਟ ਤੇ ਅਸੈਂਬਲੀ ਚ ਇਸ਼ਤਿਹਾਰ ਦੀ ਭੇਟ ਕਰਕੇ ਪਾਕਿਸਤਾਨ ਨੂੰ ਸਗੋਂ ਬੋਲਣ ਦਾ ਮੌਕਾ ਦਿੱਤਾ ਕਿ ਬੰਦਾ ਜਸੂਸ ਸੀ ਤੁਸੀਂ ਲਿਖਾਉਂਦੇ ਰਹੇ। ਹੁਣ ਉਹਦਾ ਕੇਸ ਜਦੋਂ ਅਦਾਲਤ ਵਿਚ ਚੱਲਣ ਲੱਗਾ ਤੇ ਉਹਦੇ ਨਾਲ ਦੇ ਦੋ ਫਾਂਸੀ ਵਾਲੇ ਕੈਦੀ ਜਿਨ੍ਹਾਂ ਨੂੰ ਹੁਣ ਤੱਕ ਉਦਾਂ ਫਾਂਸੀ ਹੋ ਜਾਣੀ ਸੀ, ਉਹਨਾਂ ਨੇ ਕੁੱਟ ਕੇ ਮਾਰਿਆ ਸੀਗਾ। ਉਹਨਾਂ ਨੇ ਜਾ ਕੇ ਕਹਿਤਾ ਅਦਾਲਤ ਵਿਚ, ਸਾਡੇ ਦੇਸ਼ ਦਾ ਦੁਸ਼ਮਣ ਸੀ, ਇਹਨੇ ਬੰਬ ਧਮਾਕੇ ਕੀਤੇ ਸੀ, ਅਸੀਂ ਤਾਂ ਮਾਰਿਆ। ਬੰਬ ਧਮਾਕਿਆਂ ਵਾਲੇ ਕੇਸ ਵਿਚ ਦੋਸ਼ੀ ਦਾ ਨਾਮ ਮਨਜੀਤ ਸਿੰਘ ਹੈ, ਮਾਰ ਦਿੱਤਾ ਸਰਬਜੀਤ, ਮਨਜੀਤ ਦੇ ਨਾਂ ਦੇ ਉੱਤੇ ਸਰਬਜੀਤ ਮਾਰ ਦਿੱਤਾ ਹੋਵੇ, ਕੰਮ ਉਹਨਾਂ ਗਲਤ ਕੀਤਾ, ਮੁਕਦਮਾ ਹੁਣ ਸ਼ੁਰੂ ਹੋਣ ਲੱਗਾ, ਵੇਖੋ ਅਗਲੇ ਦਿਨਾਂ ਚ ਕਿੱਥੇ ਜਾਂਦਾ। ਜੀ ਪੰਨੂ ਸਾਹਿਬ, ਮਨਜੀਤ ਸਿੰਘ ਰੱਤੂ ਹੁੰਦਾ ਸੀ ਇੱਕ ਬੰਦਾ ਜਿਹਦਾ ਨਾਂ ਇਸ ਨਾਲ ਜੁੜਦਾ ਸੀ, ਮੀਡੀਆ ਕਰਮੀ ਵੀ ਸੀ ਤੇ ਇੱਕ ਮੀਡੀਆ ਕਰਮੀ ਦਾ ਉਹ ਰਿਸ਼ਤੇਦਾਰ ਵੀ ਹੈ, ਕਾਫੀ ਬਦਨਾਮ ਜਿਹਾ ਨਾਂ ਸੀ, ਚੇਤੇ ਆ ਤੁਹਾਡੇ ਉਹ? ਅੱਜ ਕੱਲ ਪੰਜਾਬ ਵਿਚ ਫਿਰਦਾ, ਅੱਛਾ ਪੰਜਾਬ ਆ ਕੇ ਆ ਜਾਂਦਾ ਚਲਾ ਜਾਂਦਾ, ਏਦਾਂ ਕੰਮ ਕੋਲ ਦਾ ਚੱਲਦਾ, ਜਦੋਂ ਉੱਥੋਂ ਡਿਪੋਰਟ ਕਰ ਦਿੰਦੇ ਪੰਜਾਬ ਆ ਜਾਂਦਾ। ਪੰਜਾਬ ਵਿਚ ਆਏ ਨੂੰ ਪਤਾ ਨੀ ਉਹਨੂੰ ਸਿਕਿਉਰਿਟੀ ਵੀ ਕਿੱਦਾਂ ਮਿਲ ਜਾਂਦੀ ਆ। ਇਹਦਾ ਨਾਮ ਵੀ ਉੱਥੇ ਚਰਚਾ ਚੱਲਦਾ ਰਿਹਾ ਵੀ ਪਾਕਿਸਤਾਨ ਚ ਥੋੜਾ ਚਿਰ ਰਿਹਾ ਸੀਗਾ, ਪਰ ਉਹਦੀ ਲੰਮੀ ਕਹਾਣੀ ਆ, ਉਹਦਾ ਚਿੱਠਾ ਤੇ 2 ਮਿੰਟਾਂ ਚ ਹੋਣ ਵਾਲਾ ਹੈ ਨੀ ਜੀ। ਗ੍ਰੇਟ ਆਰਮੀ ਤੇ ਪੰਨੂ ਸਾਹਿਬ ਅੱਜ ਨਾਮਾ ਹੋ ਜੇ ਜੀ। ਅੱਜ ਬਠਿੰਡੇ ਦੇ ਲਾਗੇ ਇੱਕ ਬਹੁਤ ਵੱਡਾ ਪੁਲਿਸ ਮੁਕਾਬਲਾ ਹੋਇਆ, ਪਿਛਲੇ 8-9 ਦਿਨਾਂ ਦੇ ਵਿਚ ਕਈ ਪੁਲਿਸ ਮੁਕਾਬਲੇ ਹੋਏ, ਅੱਤਵਾਦੀ ਵੀ ਫੜੇ ਗਏ। ਇੱਕ ਵਿਆਹ ਦੇ ਵਿਚ 2 ਗੈਂਗਸਟਰ ਆਹਮੋ ਸਾਹਮਣੇ ਇੱਕ ਦੂਸਰੇ ਨੂੰ ਗੋਲੀ ਮਾਰ ਕੇ ਦੋਵੇਂ ਮਰ ਗਏ। ਯੂਪੀ ਦੀ ਸਰਕਾਰ ਨੇ ਆਖਿਆ ਕਿ ਜਿੱਦਾਂ ਮਹਾਰਾਸ਼ਟਰ ਚ ਮਕੋਕਾ ਕਾਨੂੰਨ ਬਣਿਆ, ਉਸੇ ਤਰ੍ਹਾਂ ਦਾ ਅੱਤਵਾਦ ਖਿਲਾਫ਼ ਅਸੀਂ ਯੂਪੀ ਦਾ ਉਪਕੋਕਾ ਬਣਾਵਾਂਗੇ ਤੇ ਪੰਜਾਬ ਚ ਪਕੋਕਾ ਬਣਾਉਣ ਦੀ ਗੱਲ ਚੱਲਦੀ ਹੈ। ਹੁਣ ਅਕਾਲੀ ਕਹਿੰਦੇ ਜੀ ਉਹ ਬਣਾਇਆ ਗਿਆ ਤੇ ਗਲਤ ਆ, ਅਸੀਂ ਦਾ ਵਿਰੋਧ ਕਰਾਂਗੇ, ਪਰ ਬਣਾਉਣ ਦੀ ਸ਼ੁਰੂਆਤੀ ਫਾਈਲ ਜਿਹੜੀ ਆ ਉਹ ਬਾਦਲ ਅਕਾਲੀ ਦਲ ਵਾਲੇ ਆਪ ਬਣਾ ਕੇ ਆਏ ਆ, ਤੇ ਹੁਣ ਅਕਾਲੀ ਡਰਦੇ ਆ ਕਿ ਜੇ ਉਹਨਾਂ ਦੀ ਬਣੀ ਬਣਾਈ ਫਾਈਲ ਨੂੰ ਅਮਰਿੰਦਰ ਸਿੰਘ ਨੇ ਪਾਸ ਕਰ ਲਿਆ ਤੇ ਫਿਰ ਪਾਸ ਕਰਨ ਤੋਂ ਬਾਅਦ ਭੁਗਤਣੇ ਕਿਹਨੂੰ ਪੈਣੀ ਆ? ਅਕਾਲੀਆਂ ਨੂੰ। ਉਹਦੇ ਉੱਤੇ ਕੱਲ ਲਿਖਿਆ ਸੀ, ਤੁਸੀਂ ਸੁਣ ਲਓ, ਮਹਾਰਾਸ਼ਟਰ ਵਿਚ ਸਖ਼ਤ ਕਾਨੂੰਨ ਸੁਣਿਆ, ਮਕੋਕਾ ਕਹਿੰਦੇ ਸੀ ਉਸ ਦਾ ਨਾਮ ਮੀਆਂ,
ਕਈਆਂ ਰਾਜਾਂ ਫਿਰ ਉਹਦੀ ਹੈ ਨਕਲ ਕੀਤੀ ਰੋਕਣ ਖਾਤਰ ਬਈ ਜੁਰਮ ਤਮਾਮ ਮੀਆਂ ਯੂਪੀ ਅੰਦਰ ਉਪਕੋਕਾ ਹੁਣ ਬਣੂ ਉਹੀ ਕਾਨੂੰਨ ਉਹੀ ਆ ਪਰ ਮਕੋਕਾ ਮਹਾਰਾਸ਼ਟਰ ਦਾ ਐਮ ਲਾ ਕੇ ਯੂਪੀ ਦਾ ਯੂਪੀ ਲੱਗ ਜੂਗਾ ਤੇ ਉਪਕੋਕਾ ਬਣ ਜੂ ਯੂਪੀ ਅੰਦਰ ਉਪਕੋਕਾ ਹੁਣ ਬਣੂ ਉਹੀ ਕਹਿੰਦੀ ਪਈ ਸਰਕਾਰ ਏ ਆਮ ਮੀਆਂ ਪੰਜਾਬ ਅੰਦਰ ਵੀ ਇਸੇ ਦੀ ਛਿੜੀ ਚਰਚਾ ਸੁਣਿਆ ਰੋਕਣ ਨੂੰ ਰਾਹਾਂ ਦਾ ਜਾਮ ਮੀਆਂ ਆਖਰੀ ਗੱਲ ਆ ਬਣਾਈ ਫਾਇਲ ਇਹ ਆਪ ਅਕਾਲੀਆਂ ਨੇ ਸਿਰੇ ਲਾਉਂਦਿਆਂ ਚਿਸਕ ਸਨ ਗਏ ਮੀਆਂ ਡਰਦੇ ਫਿਰਨ ਕੇ ਪਾਸ ਹੁਣ ਹੋ ਗਿਆ ਤਾਂ ਸਾਡਾ ਹੀ ਸਾਨੂੰ ਨਾ ਭੁਗਤਣਾ ਪਏ ਮੀਆਂ ਆਪੇ ਫਾਇਲ ਬਣਾ ਕੇ ਆਏ ਸੀ ਤੇ ਹੁਣ ਡਰਦੇ ਆ ਕਿ ਜੇ ਉਹ ਪਾਸ ਹੋ ਗਿਆ ਤੇ ਸਾਡੇ ਪਾਸੇ ਨਾ ਸਿੱਕ ਦਿੰਦਾ ਹੋਵੇ ਜੀ ਸੁਪਨ ਸਾਹਿਬ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਸੋਮਵਾਰ ਨੂੰ ਫਿਰ ਸਾਂਝਾ ਪਾਉਣੇ ਆ ਜੀ ਜੀ ਮਿਹਰਬਾਨੀ ਸ਼ੁਕਰੀਆ ਸੋ ਦੋਸਤੋ ਜਤਿੰਦਰ ਪੰਨੂ ਸਾਹਿਬ ਦੇ ਨਾਲ ਗੱਲਬਾਤ ਤੁਸੀਂ ਸੁਣ ਰਹੇ ਸੀ ਅਗਲੀ ਗੱਲਬਾਤ ਲੈ ਕੇ ਨਵਰੀਤ ਸਿਵੀਆਂ ਹੋਰਾਂ ਦੇ ਨਾਲ ਆਪਾਂ ਹਾਜ਼ਰ ਹੁੰਦੇ ਹਾਂ ਉਸ ਤੋਂ ਬਾਅਦ ਲੱਖਾ ਸਦਾਣਾ ਤੇ ਫਿਰ ਰਣਜੀਤ ਕੌਰ ਸਵੀ ਦੇ ਨਾਲ ਗੱਲਬਾਤ ਦਾ ਦੌਰ ਲਗਾਤਾਰ ਜਾਰੀ ਰਹੇਗਾ।